ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਬੇਹੱਦ ਅਹਿਮ ਤੇ ਨਾਜ਼ੁਕ ਮਸਲਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਦੇ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਪਿਛਲੇ ਕੁੱਝ ਸਮੇਂ ਦੀਆਂ, ਕੁੱਝ ਘੰਟਿਆਂ ਦੀਆਂ ਜੋ ਘਟਨਾਵਾਂ ਉਹ ਪੰਜਾਬ ਦੀ ਭਵਿੱਖ ਦੀ ਤਸਵੀਰ ਨੂੰ ਬਿਆਨ ਕਰ ਰਹੀ ਹੈ। ਇੱਕ ਪਾਸੇ ਤਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਜਿਹੜੀ ਯੋਗਾ ਇਨਫਲੂਐਂਸਰ ਜਾਂ ਸੋਸ਼ਲ ਮੀਡੀਆ ਇਨਫਲੂਐਂਸਰ ਕੁੜੀ ਆ, ਉਹ ਉੱਥੇ ਯੋਗਾ ਦੇ ਕਰਦੀ ਹੈ, ਕੌਮਾਂਤਰੀ ਯੋਗਾ ਦਿਵਸ ਤੇ ਉਹ ਤਸਵੀਰਾਂ ਵਾਇਰਲ ਹੁੰਦੀਆਂ, ਕਾਫੀ ਰੌਲਾ ਰੱਪਾ ਪੈਂਦਾ, ਉਦੋਂ ਪਿਛੋਕੜ ਪਰੋਲਿਆ ਜਾਂਦਾ ਉਹਦੀਆਂ ਕੰਗਣਾ ਰਣਾਵਤ ਦੇ ਨਾਲ ਤਸਵੀਰਾਂ ਨੇ। ਸੂਖਮ ਹਮਲਾ ਜਿਹੜਾ ਉਹ ਸਿੱਖਾਂ ਦੇ ਉੱਤੇ ਜਾਂ ਸਿੱਖ ਧਾਰਮਿਕ ਸੰਸਥਾਵਾਂ ਦੇ ਉੱਤੇ ਜਾਂ ਜਿਸ ਵੀ ਢੰਗ ਨਾਲ ਪੰਜਾਬ ਦੇ ਮਾਮਲੇ ਦੇ ਵਿੱਚ ਇਹਨੂੰ ਉਸ ਤਰੀਕੇ ਨਾਲ ਸਮਝਿਆ ਜਾ ਰਿਹਾ। ਕੁੜੀ ਸਫਾਈਆਂ ਵੀ ਦੇ ਰਹੀ ਆ ਸੋਸ਼ਲ ਮੀਡੀਆ ਤੇ ਆ ਕੇ, ਪਰ ਜਿਸ ਤਰੀਕੇ ਦੀ ਉਹ ਐਕਟ ਜਾਂ ਜੋ ਵੀ ਮਤਲਬ ਕਿ ਉਹ ਕਦਮ ਚੁੱਕਿਆ ਗਿਆ ਉਹਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਕਸ਼ਨ ਲਿਆ ਆ, ਆਪਣੇ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ, FIR ਜਿਹੜੀ ਜਾਂਚ ਜਿਹੜੀ ਆ ਉਹ ਪੁਲਿਸ ਦੇ ਹਵਾਲੇ ਕਰ ਦਿੱਤੀ ਹੈ। ਹੁਣ ਅੱਗੇ ਦੀ ਅੱਗੇ ਵੇਖੋ ਕੀ ਬਣਦਾ। ਪਰ ਪੰਜਾਬ ਦੇ ਸੰਦਰਭ 'ਚ ਜਿਹੋ ਜਿਹਾ ਸਮਾਂ ਚੱਲ ਰਿਹਾ ਆ ਕੇਂਦਰੀ ਸਿਆਸਤ ਤੋਂ ਲੈ ਕੇ ਪੰਜਾਬ ਤੱਕ, ਉਹ ਕਾਫੀ ਅਹਿਮ ਮੰਨਿਆ ਜਾ ਰਿਹਾ। ਦੂਜੇ ਬੰਨੇ SYL ਦਾ ਮੁੱਦਾ ਵੀ ਉਭਾਰਿਆ ਜਾ ਰਿਹਾ। ਉਹਦੇ ਵਿੱਚ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਨਾਇਬ ਸੈਣੀ, ਉਹ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿਉਂਕਿ ਦਿੱਲੀ ਦੇ ਵਿੱਚ ਪਾਣੀ ਦੀ ਤੋੜ ਆ ਰਹੀ ਹੈ ਤੇ ਨਾਇਬ ਸੈਣੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਅਸੀਂ ਜਿਹੜਾ ਕੋਈ ਹਰਿਆਣੇ ਦਿੱਲੀ ਦਾ ਪਾਣੀ ਨਹੀਂ ਰੋਕਿਆ, ਸਾਨੂੰ ਤੇ ਆਪਦੇ ਹਿੱਸੇ ਦਾ ਨਹੀਂ ਮਿਲਦਾ। ਉਹ ਕਹਿੰਦੇ ਕਿ ਜਿਹੜਾ SYL ਦਾ ਪਾਣੀ ਹੈ ਉਹ ਸਾਨੂੰ ਪੰਜਾਬ ਤੋਂ ਦਵਾ ਦਿਓ ਤੇ ਇਹ ਸਾਰੀ ਸਮੱਸਿਆ ਦਾ ਹੱਲ ਹੋ ਜਾਏਗਾ। ਜਿਹੜੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ, ਉਹ ਵੀ ਇਸ ਗੱਲ ਦੀ ਹਾਮੀ ਭਰ ਰਹੇ ਨੇ। ਹੁਣ ਇਸ ਬਿਆਨ ਦੇ ਜਾਂ ਇਸ ਜਿਹੜੇ ਹਾਲਾਤ ਨੇ ਇਹਦੇ ਕੀ ਮਾਇਨੇ ਸਮਝੇ ਜਾਣ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਸਰਕਾਰ ਜਿਹੜੀ ਆ ਉਹ ਤਾਂ ਜਲੰਧਰ ਉਪ ਚੋਣ ਨੂੰ ਲੈ ਕੇ ਉਹਦੇ ਵਿੱਚ ਉਲਝੀ ਹੋਈ ਹੈ। ਅਕਾਲੀ ਦਲ ਆਪਣੇ ਕ੍ਰਾਈਸਿਸ ਦਾ ਜਿਹੜਾ ਸਾਹਮਣਾ ਕਰ ਰਿਹਾ, ਤਾਂ ਪੰਜਾਬ ਦੇ ਹੱਕ ਦੀ ਗੱਲ ਕੌਣ ਕਰੇਗਾ? ਕੌਣ ਪੰਜਾਬ ਦੇ ਹੱਕ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਸਮਝ ਲਿਆ, ਲੋਕਾਂ ਨੂੰ ਅਵੇਅਰ ਕਰੇਗਾ ਜਾਂ ਸਮਝਾਏਗਾ ਕਿ ਅਸੀਂ ਪੰਜਾਬ ਦੇ ਮਸਲੇ ਤੇ ਲਵਾਂਗੇ? ਡਾਕਟਰ ਸਾਹਿਬ, ਇਸ ਗੱਲ ਨੂੰ ਅਸੀਂ ਸਮਝਣਾ ਚਾਹਾਂਗੇ ਕਿ ਜਦੋਂ ਅਸੀਂ ਇਹਨਾਂ ਖਬਰਾਂ ਨੂੰ ਵੇਖਨੇ ਆ ਤੇ ਪੰਜਾਬ ਦੇ ਭਵਿੱਖ ਨੂੰ ਵੇਖਨੇ ਆ, ਤਾਂ ਬਹੁਤ ਕੁਝ ਜਿਹੜਾ ਆ ਉਹ ਸਾਫ ਵੀ ਹੁੰਦਾ ਤੇ ਕਾਫੀ ਕੁਝ ਪਰਦੇ ਦੇ ਓਹਲੇ ਹੁੰਦਾ, ਵਾਪਰਦਾ ਨਜ਼ਰ ਵੀ ਆਉਂਦਾ। ਸੁਖਵਿੰਦਰ ਜੀ, ਅਸਲ ਤੇ ਪੰਜਾਬ ਦੀ ਭੂਰੀ ਤੇ ਇਕੱਠ ਹੈ। ਪੰਜਾਬ ਨੂੰ ਉਜਾੜਨ ਦੇ ਵਾਸਤੇ ਇੱਥੇ ਹਰ ਤਰ੍ਹਾਂ ਦੇ ਜਿਹੜੇ ਆਪਸੀ ਮਤਭੇਦ ਨੇ ਉਹਨੂੰ ਵਧਾ ਚੜਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ, ਉਹਨਾਂ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਉਹਦੇ ਵਿੱਚ ਇੱਕ ਪਾਸੇ ਆਪਾਂ ਚੋਣਾਂ ਦਾ ਜੋ ਅਮਲ ਦੇਖਿਆ ਉਹਦੇ ਵਿੱਚ ਦੇਖਿਆ, ਕਿਸੇ ਨੂੰ ਕੋਈ, ਕਿਉਂਕਿ ਜਿਹੜੇ ਅੱਜ ਤੱਕ 40-45 ਸਾਲ ਦੇ ਨੇ ਉਹਨਾਂ ਤੋਂ 84 ਵਾਲਾ ਹਾਲ ਹੀ ਨਹੀਂ ਦੇਖਿਆ ਹੋਇਆ ਵੀ ਕੀ ਹੋਇਆ ਸੀ, ਕਿਵੇਂ ਨਾ ਹੋਇਆ ਸੀ, ਕਿਉਂ ਹੋਇਆ ਸੀ, ਕੌਣ ਜ਼ਿੰਮੇਵਾਰ ਸੀ ਉਹਨਾਂ ਤੋਂ, ਕੁਛ ਪਤਾ ਨਾ ਬਹੁਤਾ। ਕੋਈ ਪੜ੍ਹ ਕੇ ਰਾਜੀ ਨੇ ਬਸ ਉਹ ਆਹ ਵਟਸਐਪ ਯੂਨੀਵਰਸਿਟੀ ਜੋ ਸਿੱਖ ਲਿਆ ਉਹੀ ਕਹਿਤਾ, ਤੇ ਫਿਰ ਅੱਗੋਂ ਉਹਨਾਂ ਨੂੰ ਇੰਨਾ ਵੀ ਨਹੀਂ, ਉਹ ਗਾਲਾਂ ਗੂਲਾਂ ਵੀ ਬਥੇਰੀਆਂ, ਪੁੱਤਾ ਸਿੱਧਾ ਬੋਲਣਾ ਆਮ ਹੀ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਸਿਆਣੇ ਹਾਂ ਦੁਨੀਆਂ 'ਚ, ਬਸ ਹੋਰ ਕੁਛ ਉਹਨਾਂ ਨੂੰ ਲੱਗਦਾ ਨਹੀਂ। ਤੇ ਦੂਜਾ ਇਹ ਹੈ ਵੀ ਉਹਨਾਂ ਨੂੰ ਨਾ ਇਹ ਬਹੁਤਾ ਪਤਾ ਵੀ ਸਿਆਸਤ ਕੀ ਹੁੰਦੀ, ਉਹ ਸੋਚਦੇ ਨੇ ਵੀ MLA ਜਿੱਤ ਲੈਣਾ, MP ਬਣ ਜਾਣਾ, ਇਹੀ ਸਿਆਸਤ ਹੈ। ਉਹ ਤਾਂ ਜਿਹੜੇ ਸਾਡੇ ਜਿਹੜੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਅਸਲ 'ਚ ਸਟੇਟ ਇਹ ਕੋਈ ਅਸੈਂਬਲੀ ਜਾਂ ਪਾਰਲੀਮੈਂਟ ਨਹੀਂ ਹੈ। ਪਾਰਲੀਮੈਂਟ ਦਾ ਸਟੇਟ ਉਹਨਾਂ 'ਚ ਹੀ ਲੱਗਦੀ ਹੈ ਜਿੰਨਾ ਚਿਰ ਜਿਹੜਾ ਕਾਰਪੋਰੇਟ ਸੈਕਟਰ ਹੈ, ਜਿਹੜੀ ਡੀਪ ਸਟੇਟ ਆ ਉਹਨੂੰ ਉਹ ਸਰਵ ਕਰਦੀ ਹੈ, ਉਹਦੀ ਸੇਵਾ ਕਰਦੀ ਹੈ। ਜੇ ਉਹਦੀ ਸੇਵਾ ਕਰਨੋਂ ਹਟ ਜੇ ਥੋੜ੍ਹੀ ਘਣੀ ਤੋਂ ਬਰਦਾਸ਼ਤ ਕਰ ਰਹਿੰਦਾ ਹਟਣਾ, ਜੇ ਪੂਰੀ ਤਰ੍ਹਾਂ ਉਹਦੇ ਨਾਲ ਟੱਕਰ ਰਹਿਣੀ ਪੈਗੀ ਤਾਂ ਫਿਰ ਉਦੇ ਉਹ ਪਾਰਲੀਮੈਂਟ ਨੂੰ ਵੀ ਕੋਈ ਬਹੁਤਾ ਨਹੀਂ ਗਿਣੇਗੀ। ਡੀਪ ਸਟੇਟ ਹੈ। ਹੁਣ ਸਾਡੀ ਜਿਹੜੀ ਸਟੇਟ ਦੀ ਦਖਲਅੰਦਾਜ਼ੀ ਉਹ ਹਰ ਪਾਸੇ ਹੈ,
ਇੱਥੇ ਇਸ ਵੇਲੇ ਪੰਜਾਬ ਦੇ ਉੱਤੇ, ਕਿਉਂਕਿ ਪੰਜਾਬ ਦੇ ਵਿੱਚੋਂ ਦੀ ਬੜੇ ਫਰਾਈਟ ਕੋਰੀਡੋਰ ਬਣ ਰਹੇ ਨੇ, ਪੰਜਾਬ ਦੇ ਵਿੱਚੋਂ ਦੀ ਇਹਨਾਂ ਨੇ ਧਰਾਤਲ ਦੇ ਰਾਹੀਂ ਜਿਹੜਾ ਕਿਹਾ ਵੀ ਅਸੀਂ ਧਰਤੀ ਦੇ ਰਾਹੀਂ ਵਪਾਰ ਸ਼ੁਰੂ ਕਰ ਦੇਣਾ ਇੰਗਲੈਂਡ ਤੱਕ, ਉਹ ਜਿਹੜਾ ਵਪਾਰ ਉਹ ਕਰਨਾ, ਉਹ ਵਪਾਰ ਹੁਣ ਕੋਈ ਐਂ ਤਾਂ ਹੈ ਨਹੀਂ ਵੀ ਕੋਈ ਰੇੜਾ ਭਰਕੇ ਲੈ ਜਾਏਗਾ ਆਪਦਾ, ਉਹ ਵਪਾਰ ਹੋਣਾ ਹੈ ਕਾਰਪੋਰੇਟ ਦੇ ਰਾਹੀਂ। ਸੋ ਦੇਸੀ ਅਤੇ ਵਿਦੇਸੀ ਕਾਰਪੋਰੇਟ ਨੇ ਦੇਣਾ, ਉਹ ਵਪਾਰ ਵਾਸਤੇ ਜ਼ਰੂਰੀ ਵੀ ਪੈਦਾਵਾਰ ਵੀ ਇੱਥੋਂ ਹੀ ਕਰੀ ਜਾਵੇ, ਜੇ ਬਾਹਰੋਂ ਜਾ ਕੇ ਲਿਆਉਣਗੇ ਫਿਰ ਮਹਿੰਗੀ ਪੈਂਦੀ ਆ, ਔਖੀ ਹੁੰਦੀ ਆ, ਉੱਥੋਂ ਇੰਨੀ ਹੁੰਦੀ ਵੀ ਨਹੀਂ। ਸੋ ਇਹ ਉਪਜਾਊ ਧਰਤੀ ਵੀ, ਧਰਤੀ 'ਤੇ ਵੀ ਕਬਜ਼ਾ ਕਰਿਆ ਜਾਵੇ, ਉਹਦਾ ਰੇਟ ਵੱਧ ਦਿੱਤਾ ਜਾ ਸਕਦਾ, ਉਹਦੇ ਹੋਰ 100 ਬਹਾਨੇ ਹੋ ਸਕਦੇ, ਇਹੋ ਜਿਹੀਆਂ ਗੱਲਾਂ ਹੈਗੀਆਂ ਨੇ। ਹੁਣ ਸਾਡੀ ਜਿਹੜੀ ਲੋੜ ਹੈ, ਇਸ ਗੱਲ ਨੂੰ ਸਮਝ ਕੇ ਸਿਆਸਤ ਨੂੰ ਲੱਗ ਜਾਣਾ। ਇਸ ਵੇਲੇ ਧਰਮ ਦੇ ਨਾਂ 'ਤੇ ਮੁੱਦੇ ਉਠਾਏ ਜਾਣਗੇ, ਇਸ ਵੇਲੇ ਪਾਰਟੀਆਂ ਦੇ ਅੰਦਰੂਨੀ ਮੁੱਦੇ ਇੱਕ ਦੂਜੇ ਨਾਲ ਲੜਾਈ ਕਰਾਈ ਜਾਏਗੀ, ਜਿਵੇਂ ਕਿ ਕਾਂਗਰਸੀਆਂ ਦੀ ਆਪਦੇ ਗਰੁੱਪਾਂ ਦੀ ਲੜਾਈ, ਅਕਾਲੀਆਂ ਦੇ ਆਪਦੇ ਗਰੁੱਪਾਂ ਦੀ ਲੜਾਈ, ਈਵਨ ਜਿਹੜੇ ਹੈਗੇ ਨੇ ਆਪਣੇ ਆਪ ਵਾਲਿਆਂ ਦੇ ਆਪਦੇ ਗਰੁੱਪਾਂ ਦੀ ਲੜਾਈ, ਇੱਕ ਤਾਂ ਇਹ ਪੈਦਾ ਕਰੀ ਜਾਊ। ਦੂਜਾ ਕਰਿਆ ਜਾਊਗਾ ਬੇਭਰੋਸਗੀ, ਵਿੱਚ ਸਰਕਾਰ ਸਰਕੂਰ ਕੋਈ ਨਹੀਂ ਕੁਛ ਕਰ ਸਕਦੀ, ਇੱਥੇ ਸਿਆਸਤਦਾਨ ਕੋਈ ਨਹੀਂ ਕੁਛ ਕਰ ਸਕਦਾ, ਇੱਥੇ ਤਾਂ ਡਾਂਗ ਨਾਲ ਡੇਰਾ ਚੱਲੂਗਾ, ਇੱਥੇ ਤਾਂ ਪ੍ਰਸ਼ਾਸਨ ਨਹੀਂ ਕੁਛ ਕਰ ਸਕਦਾ, ਇੱਥੇ ਤਾਂ ਕਤਲ ਹੀ ਹੋਈ ਜਾਣੇ ਨੇ, ਇੱਥੇ ਤਾਂ ਲਾਅ ਐਂਡ ਆਰਡਰ ਹੈ ਹੀ ਨਹੀਂ, ਭਾਵੇਂ ਲਾਅ ਐਂਡ ਆਰਡਰ ਬਾਕੀਆਂ ਤੋਂ ਉਦੋਂ ਵੀ ਮਾੜਾ ਹੋਵੇ, ਗੁੱਗਾ ਇਹਦਾ ਪਿੱਛੋਂ। ਦੂਜਾ ਇਹ ਕਹੀ ਜਾਣਾ, ਅਤੇ ਤੀਜਾ ਇੱਥੇ ਜੇ ਬਿੱਲੀ ਵੀ ਨਿੱਛ ਮਾਰ ਜੇ ਨਾ ਤਾਂ ਵੀ ਕਹਿ ਦੇਣਾ ਵੀ ਉਹ ਇਹ ਤਾਂ ਭੁਚਾਲ ਆ ਗਿਆ, ਇਹ ਸਾਰਾ ਕੁਛ। ਫਿਰ ਭਾਈਚਾਰਿਆਂ ਦੇ ਵਿੱਚ ਫਰਕ ਪਾਉਣਾ, ਸਿੱਖਾਂ ਦੇ ਵਿੱਚ ਸਿੱਖਾਂ 'ਚ ਗਰਮ ਦਲ ਅਤੇ ਨਰਮ ਦਲ ਦਾ ਰੌਲਾ ਪਵਾਉਣਾ, ਸਿੱਖਾਂ ਦੇ ਵਿੱਚ ਹੀ ਸੰਤ ਸਮਾਜ ਹੋਰ ਟਕਸਾਲਾ ਉਹਨਾਂ ਦਾ ਰੌਲਾ ਪਵਾਉਣਾ ਆਪਸ ਵਿੱਚ, ਸਿੱਖਾਂ ਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ 'ਚ ਉਸ ਤਰੀਕੇ ਨਾਲ, ਜਿਹੜੇ ਕਿ ਪਹਿਲਾਂ ਅਕਾਲੀ ਦਲ ਖੁਦ ਹੀ ਆਪਣਾ ਇਤਿਹਾਸ ਗਲਤ ਬਣਾਉਂਦਾ ਆਇਆ, ਉਹਨੂੰ ਪਤਾ ਹੀ ਹੈ, ਸ਼੍ਰੋਮਣੀ ਕਮੇਟੀ ਬਿਲਕੁਲ ਮੂਕ ਦੱਸ ਗਈ ਹੈ, ਕਿਸੇ ਇੱਕ ਘਟਨਾ ਦੇ ਉੱਤੇ ਕੋਈ ਐਕਸ਼ਨ ਲੈਣਾ ਨਾ ਲੈਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਜਿੰਨਾ 'ਚ ਸ਼੍ਰੋਮਣੀ ਕਮੇਟੀ ਆਪਦੇ ਘਰ ਨੂੰ ਠੀਕ ਹੀ ਨਹੀਂ ਕਰ ਰਹੀ, ਅਤੇ ਉਹਦੇ ਵਿੱਚ ਇਹ ਹੈ ਵੀ ਸ਼੍ਰੋਮਣੀ ਕਮੇਟੀ ਨੇ ਨਾ ਤਾਂ ਬਾਬਰੀ ਮਸਜਿਦ 'ਚ ਜੋ ਕੁਛ ਲਿਖਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਦਰਸ਼ਨ ਕਰਨ ਗਏ ਸੀ ਰਾਮ ਜਨਮ ਭੂਮੀ ਦੇ, ਉਹਦੇ ਉੱਤੇ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਇਤਰਾਜ਼ ਨਹੀਂ ਕਰਿਆ, ਨਾ ਉਹਨੂੰ ਕੋਈ ਇਤਰਾਜ਼ ਹੈ, ਨਾ ਉਹ ਪਬਲਿਕਲੀ ਕਹਿਣ ਨੂੰ ਚਾਹ ਰਹੇ ਵੀ ਹਾਂ ਜੀ ਗੁਰੂ ਨਾਨਕ ਦੇਵ ਜੀ ਤਾਂ ਰਾਮ ਦੇ ਦਰਸ਼ਨ ਕਰਨ ਗਏ ਸੀ ਰਾਮ ਜਨਮ ਭੂਮੀ ਦੇ, ਨਕਲੋ 'ਚ ਇੱਕ ਗੱਲ ਤਾਂ ਕਹਿ ਲੈਣ, ਉਹ ਵਿੱਚ ਵਿਚਾਲਾ ਕਰਦੇ ਨੇ। ਸੋ ਇਸੇ ਤਰ੍ਹਾਂ ਹੀ ਆਪ ਵਾਲਿਆਂ ਦੀ ਆਪਸੀ ਲੜਾਈ ਹੈ ਜਿਹੜੀ, ਉਹਨੂੰ ਵੀ ਕਰਿਆ ਜਾਏਗਾ, ਪੇਂਡੂਆਂ ਅਤੇ ਸ਼ਹਿਰੀਆਂ ਦੀ ਲੜਾਈ, ਫਿਰ ਕਿਸਾਨ ਅਤੇ ਮਜ਼ਦੂਰ ਦੀ ਲੜਾਈ, ਅਤੇ ਫਿਰ ਕਿਸਾਨ ਅਤੇ ਵਪਾਰੀ ਦੀ ਲੜਾਈ, ਇਹ ਹਰ ਤਰ੍ਹਾਂ ਦੇ ਝਗੜੇ, ਫਿਰ ਗੁਆਂਢੀ ਸੂਬਿਆਂ ਨਾਲ ਲੜਾਈ, ਖਾਸ ਕਰਕੇ ਹਰਿਆਣੇ ਨਾਲ, ਇਹ ਬਹੁਤਾ ਜ਼ਿਆਦਾ ਤੂਲ ਦਿੱਤੀ ਜਾਊਗੀ, ਕਦੇ ਕੁਛ ਕਦੇ ਕੁਛ, ਕਿਤੇ ਨਿੱਕੀ ਨਿੱਕੀ ਗੱਲ 'ਤੇ, ਜਿਵੇਂ ਪਹਿਲਾਂ ਆਮ ਤੌਰ 'ਤੇ ਜਦ ਹਿੰਦੂ ਮੁਸਲਮਾਨਾਂ ਦੇ ਫਸਾਦ ਕਰਵਾਉਂਦੇ ਨੇ, ਇਹ ਉਹਦੇ ਰੌਲਾ ਰੌਲਾ ਜੀ, ਉਹ ਹਿੰਦੂਆਂ ਦੇ ਉਹਨੂੰ ਐਂ ਕਰਤਾ, ਮੁਸਲਮਾਨਾਂ ਦੇ ਐਂ ਕਰਤਾ, ਇਹ ਕਿਉਂਕਿ ਜਿਹੜੇ ਗਰਮ ਕਰਨ ਵਾਲੇ, ਹਾਲਾਂਕਿ ਗੱਲ ਹੁੰਦੀ ਨਹੀਂ, ਕਈ ਵਾਰੀ ਝੂਠ ਵੀ ਪਾ ਦਿੰਦੇ ਨੇ, ਕਿਉਂਕਿ ਮੈਂ ਤਾਂ ਝੂਠ ਦੇਖਿਆ ਹੈ, ਭਾਰਤ ਸਰਕਾਰ ਦੇ ਜਿਹੜੇ ਖਾਸ ਚਮਚਗਰੀ ਕਰਦੇ ਸੀ ਉਹਨਾਂ ਨੇ ਇੱਕ ਪਾਸੇ ਤਾਂ ਇਹ ਬਣਿਆ ਹੋਇਆ ਸੀ ਵੀ ਇੱਥੇ ਕਰੋਨਾ ਫੈਲਿਆ ਹੋਇਆ ਸੀ, ਅਤੇ ਦੂਜੇ ਪਾਸੇ ਭਾਰਤ ਸਰਕਾਰ ਇਹ ਕਹਿੰਦੀ ਸੀ ਵੀ ਇਹ ਤਾਂ ਜਿਹੜੀ ਪੰਜਾਬ ਸਰਕਾਰ ਦਾ ਝੂਠੇ ਕੇਸ ਪਾਈ ਜਾ ਰਹੀ ਹੈ ਕਰੋਨਾ, ਕਿਉਂ? ਕਿਉਂਕਿ ਇਹਨੂੰ ਭਾਰਤ ਸਰਕਾਰ ਤੋਂ ਪੈਸੇ ਮਿਲਦੇ ਨੇ, ਕਿਸੇ ਬੰਦੇ ਨੇ ਇੱਕ ਵੀਡੀਓ ਪਾਤੀ ਵੀ ਇਹ ਦੋ ਕੰਮਾਂ ਵਾਸਤੇ ਕਰੋਨੇ ਦੇ ਕੇਸ ਦਿਖਾ ਰਹੇ ਨੇ ਵੱਧ, ਇੱਕ ਤਾਂ ਵੀ ਅਸੀਂ ਇਹਦੇ ਇਹਨਾਂ ਦੇ ਅੰਗ ਕੱਢ ਕੇ ਗਾਹਾਂ ਵੇਚਣੇ ਹੁੰਦੇ ਨੇ, ਉਹਨੇ ਵੀਡੀਓ ਪਾਤੀ ਵੀ ਆ ਮੈਂ ਮੁਹਾਲੀ ਹਸਪਤਾਲ ਦੀ 5ਵੀਂ ਮੰਜ਼ਿਲ 'ਤੇ ਖੜਾ, ਮੈਂ ਡੁੱਬ ਕੇ ਆਪਦੀ ਜਾਨ ਬਚਾ ਕੇ ਇਹਦੀ ਵੀਡੀਓ ਬਣਾ ਰਿਹਾ, ਆਹ ਅੰਗ ਕੱਢੇ ਜਾ ਰਹੇ ਨੇ, ਉੱਥੇ 5ਵੀਂ ਮੰਜ਼ਿਲ ਹੀ ਨਹੀਂ ਹੈ ਹਸਪਤਾਲ ਦੀ। ਸੋ ਉਹ ਪਾਤੀ ਲੋਕਾਂ ਨੇ ਬੰਨ੍ਹ ਲਈ ਉਹ। ਇੱਕ ਦੂਜਾ ਇੱਥੇ ਰਾਏਕੋਟ ਦੇ ਲਾਗੇ ਕੋਈ ਸੀਗਾ, ਉਹ ਮੇਰੇ ਅੰਗ ਕੱਢਣ ਵਾਸਤੇ ਮੇਰੇ ਬਾਪ ਦੇ ਪਤਾ ਨਹੀਂ ਮਾਂ ਦੇ ਐਂ ਕਰ ਲੈਂਦੇ, ਜੇ ਇੰਨੀ ਭੁੱਖੇ ਸੀਗੇ ਉਹ ਸਮਝੇ ਵੀ ਡਾਕਟਰੀ ਪਤਾ ਨਹੀਂ ਅੰਗ ਕੱਢ ਕੇ ਵੇਚੀ ਜਾ ਰਹੇ ਨੇ, ਉਹਨੂੰ ਪੁੱਛੇ ਵੀ ਤੂੰ ਆਪਦੀ ਮਾਂ ਨੂੰ ਤਾਂ ਹੱਥ ਲਾਉਣ ਨੂੰ ਤਿਆਰ ਨਹੀਂ ਹੈ, ਤੂੰ ਤਾਂ ਡਰਦਾ ਮੁਰਦੇ ਤੋਂ ਵੀ, ਤੇ ਲੋਕ ਇਹਦਾ ਅੰਗ ਲਵਾਉਣਗੇ ਜਾਂ ਲੋਕ ਇਹਦਾ ਅੰਗ ਕੱਢਣਗੇ। ਜਦ ਤੁਸੀਂ ਜੇ ਤੁਹਾਡਾ ਦਿਮਾਗ ਇਸ ਪੱਧਰ ਦੇ ਉੱਤੇ ਬੁੱਝ ਕਰਤਾ, ਇਸ ਪੱਧਰ 'ਤੇ ਬੰਦ ਕਰਤਾ
ਇਹ ਤੁਸੀਂ ਇਹ ਸੋਚਦੇ ਨਹੀਂ ਵੀ ਭਾਈ ਕਰੋਨੇ ਵਾਲੇ ਤਾਂ ਜਿੰਦੇ ਬੰਦੇ ਨੇ ਨਹੀਂ ਕੋਈ ਡਰ ਲੱਗਦਾ, ਇੰਨੇ ਇੰਨੇ ਉੱਥੇ ਆਈਸਕ੍ਰੀਮੋ ਦੀ ਤਰ੍ਹਾਂ ਬੂਟ ਵੱਟ ਕੇ ਪਾ ਕੇ ਜਾਂਦੇ ਨੇ, ਕਿ ਭਾਈ ਮਰੇ ਦੇ ਹੰਗ ਕਿਹਦੇ ਲੱਗਣਗੇ। ਜੇ ਤੁਹਾਨੂੰ ਇੰਨੀ ਸਮਝ ਨਹੀਂ ਹੈ ਫਿਰ ਠੀਕ ਹੈ, ਫਿਰ ਤੁਸੀਂ ਹੋਵੋਗੇ ਹੱਡ ਮਾਸ ਦੇ ਪੁਤਲੇ, ਫਿਰ ਤੁਸੀਂ ਬੰਦਿਆਂ ਵਾਲਾ ਕੰਮ ਨਹੀਂ ਕਰ ਰਹੇ, ਫਿਰ ਤੁਸੀਂ ਪ੍ਰਚਾਰ ਵੀ ਕਰੀ ਜਾਂਦੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਜੋ ਮਰਜ਼ੀ ਲਿਖੋ, ਕੋਈ ਜ਼ਿੰਮੇਵਾਰੀ ਨਹੀਂ, ਕਿਸੇ ਨੇ ਕੁਛ ਕਹਿਣਾ ਨਹੀਂ। ਇਸੇ ਤਰ੍ਹਾਂ ਹੀ ਜਿਹੜਾ ਇੱਕ ਹੋਰ ਨੇ ਪਤਾ ਵੀ ਇਹ ਝੂਠੇ ਪਾਉਂਦੇ ਨੇ ਕੇਸ, ਕਿਉਂਕਿ ਭਾਰਤ ਸਰਕਾਰ ਤੇ ਉਹਨਾਂ ਨੂੰ 3 ਲੱਖ ਰੁਪਇਆ ਇੱਕ ਕੇਸ ਦਾ ਮਿਲਦਾ। ਉਹਨੇ ਕਦੇ ਕਿਸੇ ਨੇ ਨਹੀਂ ਉਹਨੂੰ ਪੁੱਛਿਆ ਵੀ ਦੱਸ ਭਾਈ ਕਿਹੜਾ 3 ਲੱਖ ਮਿਲਦਾ, ਕਿਹੜਾ ਭਾਰਤ ਸਰਕਾਰ ਨੇ ਪੈਸੇ ਦਿੱਤੇ ਨੇ ਪੰਜਾਬ ਸਰਕਾਰ ਨੂੰ, ਕਿਉਂ? ਕਿਉਂਕਿ ਉਦੋਂ ਪਾਉਣਾ ਸੀ, ਉਹਨਾਂ ਨੇ ਕੇਸ ਪਾਉਣੇ ਸੀ, ਉਦੋਂ ਤਾਂ ਕੋਈ ਆਪ ਸਰਕਾਰ ਨਹੀਂ ਸੀ, ਉਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਜਦੋਂ ਕਰੋਨਾ ਸੀਗਾ ਸਾਰਾ। ਸੋ ਇਹ ਐਂ ਨਹੀਂ ਹੁੰਦਾ, ਇਹ ਸੂਬਾ ਸਰਕਾਰ ਕੇਂਦਰ ਸਰਕਾਰ ਨੇ ਸੂਬੇ ਨੂੰ ਮਿਹਣੇ ਦੇਣੇ ਨੇ, ਪੰਜਾਬ ਨੂੰ। ਦੁਖਾਂਤ ਇਹ ਵੀ ਪੰਜਾਬ ਦੇ ਲੋਕ ਮਿਹਣਿਆਂ 'ਚ ਸ਼ਾਮਿਲ ਹੋ ਜਾਂਦੇ ਨੇ ਆਪਦੀ ਸਰਕਾਰ ਨੂੰ ਮਿਹਣੇ ਦੇਣ 'ਚ, ਜੇ ਸਾਡਾ RDF ਰੋਕਦੇ ਨੇ। BJP ਵਾਲੇ ਤਾਂ ਚਲੋ ਹੋਈ ਜਾਣ ਸ਼ਾਮਿਲ, ਕਿਉਂਕਿ ਉਹਨਾਂ ਤਾਂ ਆਪਦੀ ਪਾਰਟੀ ਦੀ ਸਾਰੀ, ਉਹਨਾਂ ਤਾਂ ਕਿਸਾਨਾਂ ਦੇ ਮੁੱਦੇ 'ਤੇ ਉਹ ਰੈਜੋਲੂਸ਼ਨ ਪਾਸ ਕਰਨ 'ਤੇ, ਬਾਕੀ 115 ਇਕੱਠੇ ਹੋ ਗਏ ਸੀ, ਉਹ 2 ਨਹੀਂ ਆਏ। ਉਹ ਤਾਂ ਹਰੇਕ ਗੱਲ ਦੇ ਉੱਤੇ 2 ਬਾਈਕਾਟ ਕਰਦੇ ਰਹੇ ਨੇ, ਉਹ ਤਾਂ ਆਪਾਂ ਮੰਨ ਲਿਆ ਵੀ BJP ਨੇ ਤਾਂ ਬਾਈਕਾਟ ਕਰਨਾ, ਹਾਲਾਂਕਿ ਉਹਨਾਂ ਨੇ ਉਸ ਬਾਈਕਾਟ ਕਰਨ ਦੇ ਬਾਵਜੂਦ ਇੰਨੀਆਂ ਵੋਟਾਂ ਲਈਆਂ ਨੇ, ਹੁਣ BJP ਨੂੰ ਫਿਰ ਜਗ੍ਹਾ ਦੇ ਰਿਹਾ ਸੀ। ਜਿਹੜੀ BJP ਪੰਜਾਬ ਦੇ ਮੁੱਦਿਆਂ ਦੇ ਉੱਤੇ 2 MLA ਚੁਣੇ ਹੋਏ, ਜਿਹੜੇ ਦੋਨੇ ਬਾਈਕਾਟ ਕਰਦੇ ਰਹੇ ਨੇ, ਜੇ ਪੰਜਾਬੀਆਂ ਨੂੰ ਇਸ ਗੱਲ ਦੀ ਅਣਖ ਨਹੀਂ, ਫਿਰ ਇਹਨਾਂ ਦਾ ਤਾਂ ਪਾਰਟੀ ਨਾਲ ਸੰਬੰਧ ਹੈ, ਇਹਨਾਂ ਦਾ ਪੰਜਾਬ ਨਾਲ ਤਾਂ ਹੈ ਨਹੀਂ, ਫਿਰ ਆਪਾਂ ਕੀ ਕਰਾਂਗੇ? ਉਹਦੇ 'ਚ ਸਿੱਖ ਵੀ ਰਲੇ ਹੋਏ ਨੇ, ਹਿੰਦੂ ਵੀ ਰਲੇ ਹੋਏ ਨੇ, ਉਹਦੇ ਦਲਿਤ ਵੀ ਨੇ, ਨਾਨ ਦਲਿਤ ਵੀ ਨੇ, ਪੇਂਡੂ ਵੀ ਨੇ, ਸ਼ਹਿਰੀ ਵੀ ਨੇ, ਸਾਰੇ ਭੱਜ ਭੱਜ ਕੇ ਉਹਦੇ ਕੋਲ ਜਾ ਰਹੇ ਨੇ, ਕਿਉਂਕਿ ਹਰ ਇੱਕ ਨੂੰ ਆਪਦਾ ਆਪਦਾ ਉਹ ਹੈ ਵੀ ਆਪਾਂ ਨੂੰ ਮਿਲਣਾ ਚਾਹੀਦਾ। ਸੋ ਉਸ ਤੋਂ ਅੱਗੇ ਜਿਹੜਾ ਇੱਕ ਹੋਰ ਵੱਡਾ ਦੁਖਾਂਤ ਆ ਗਿਆ, ਜਿਵੇਂ ਹੁਣ ਸਾਡਾ RDF ਨਹੀਂ ਦੇ ਰਹੇ, ਕੋਈ ਖੁਸ਼ ਨੇ ਵੀ ਨਹੀਂ ਦੇ ਰਹੇ ਆਪਾਂ ਨੂੰ, ਕੀ ਆ ਦੂਜੇ ਜਿਹੜੇ ਬੰਦੇ ਕਾਂਗਰਸੀ ਨੇ, ਜਿਹੜੇ ਉਹ ਚਾਹੁੰਦੇ ਨੇ ਵੀ ਭਗਵੰਤ ਮਾਨ ਦੀ ਸਰਕਾਰ ਨੂੰ ਰੋਜ਼ ਕੋਈ ਨਾ ਕੋਈ ਮਤਲਬ ਅੜਿੱਕਾ ਖੜਾ ਹੁੰਦਾ ਰਹੇ, ਉਹ ਪੁੱਛੋ ਭਾਈ ਵੀ ਅੜਿੱਕਾ ਖੜਾ ਹੋਊ, ਨੁਕਸਾਨ ਤਾਂ ਪੰਜਾਬ ਦਾ ਹੋਣਾ, ਤੁਸੀਂ ਸਾਰੇ ਰਲ ਕੇ ਕਿਉਂ ਨਹੀਂ ਆਪਦਾ RDF ਮੰਗਦੇ? ਰੋਜ਼ ਹੀ ਗਵਰਨਰ ਕੋਲ ਜਾ ਰਹਿੰਦੇ ਨੇ, ਕਦੇ ਕਿਸੇ ਕੋਲ, ਕਦੇ ਕਿਸੇ ਗੱਲ 'ਤੇ, ਕਦੇ ਕਿਸੇ ਗੱਲ 'ਤੇ, ਮਤਲਬ ਇਹ ਗਵਰਨਰ ਰੂਲ ਚਾਹੁੰਦੇ ਨੇ ਪੰਜਾਬ 'ਚ? ਰੋਜ਼ ਹੀ ਇੱਥੇ ਤਾਂ ਅਜੂ ਬੜੀ ਲਾਅ ਐਂਡ ਆਰਡਰ ਦੀ, ਇੱਕੋ ਕੋਈ ਕਤਲ ਹੋ ਜਾਏ ਲਾਅ ਐਂਡ ਆਰਡਰ ਦੀ ਗੱਲ ਬਣਾਉਂਦੇ, ਜਿੱਥੇ ਸੈਂਕੜੇ ਕਤਲ ਹੋ ਗਏ ਨੇ ਉੱਥੇ ਕੋਈ ਗੱਲ ਹੀ ਨਹੀਂ ਪੁੱਛਦਾ। ਰੋਜ਼ 84 ਦੇ ਦੰਗਿਆਂ ਦੀ ਅਸੀਂ ਗੱਲ ਕਰਦੇ ਹਾਂ, 2002 ਦੀ ਗੱਲ ਹੀ ਨਹੀਂ ਕਰਦਾ ਕੋਈ ਵੀ, ਉੱਥੇ ਭਾਈ ਕੀ ਹੋਇਆ ਸੀ ਉਹਦਾ ਵੀ ਪੁੱਛ ਲਓ ਕਿਸੇ ਨੂੰ, ਅਸੀਂ ਇਹ ਗੱਲ ਹੀ ਨਹੀਂ ਕਰਦੇ ਵੀ ਆ ਜਿਹੜਾ ਕਸ਼ਮੀਰ 'ਚ ਜੋ ਕੁਛ ਹੋ ਗਿਆ ਇਹ ਪੰਜਾਬੀ ਕਰਦੇ ਸੀ, ਪੰਜਾਬੀਆਂ 'ਚ ਅਜੇ ਵੀ ਅਣਖ ਹੈ, ਭੀਨਵਾਗ ਦੇ ਮਾਮਲੇ 'ਚ ਵੀ ਪੰਜਾਬੀ ਜਾ ਕੇ ਖੜੇ ਹੋਏ, ਪੰਜਾਬੀਆਂ ਨੇ ਇੱਥੇ ਵੀ ਕਰੀ, ਪਰ ਜਿਹੜੇ ਆ ਭਰਵਿੱਛੂਪਣਾ ਕਰਨ ਵਾਲੇ ਨੇ ਉਹ ਨਹੀਂ ਕਰਦੇ, ਉਹ ਤਾਂ ਉਹਨਾਂ ਗੱਲਾਂ ਨੂੰ ਮਦਦ ਕਰਦੇ ਨੇ ਜੋ ਭਾਰਤ ਸਰਕਾਰ ਚਾਹੁੰਦੀ ਹੈ, ਉਹ ਕੋਈ ਐਂ ਨਹੀਂ ਵੀ ਉਹਦੇ ਨਾਲ ਰਲੇ ਹੋਏ ਨੇ, ਪਰ ਉਹ ਜੋ ਕਹਿੰਦੀ ਹੈ ਉਹਦੇ ਪ੍ਰਚਾਰ 'ਚ ਇਹੋ ਜਿਹੇ ਝੱਗ 'ਚ ਫਸ ਜਾਂਦੇ ਨੇ ਕਿ ਉਹੀ ਵੀ ਹਾਂ ਹਾਂ ਇਹੀ ਠੀਕ ਹੈ। ਹੁਣ ਜਿਹੜੇ ਸ਼੍ਰੋਮਣੀ ਕਮੇਟੀ 'ਚ ਕਬਜ਼ਾ ਕਰਨਾ ਚਾਹੁੰਦੇ ਨੇ ਉਹਨਾਂ ਤਾਂ ਸ਼੍ਰੋਮਣੀ ਕਮੇਟੀ ਹਰੇ ਗੱਲ ਪੁੱਠੀ ਦੱਸਣੀ ਹੈ, ਆਹ ਜਿਹੜਾ ਤੁਸੀਂ ਦੱਸਿਆ। ਹੁਣ ਕੋਈ ਪੁੱਛੇ ਉਹ ਮਾਫ਼ੀ ਮੰਗੇ ਕੁਛ ਵੀ ਕਰੇ, ਵੈਸੇ ਮਾਫ਼ ਕਰ ਦੇਣਾ ਚਾਹੀਦਾ ਹੁੰਦਾ, ਐਸੀ ਕੋਈ ਗੱਲ ਨਹੀਂ, ਮਾਫ਼ ਕਰਨ ਵਾਲਾ ਸਜ਼ਾ ਦੇਣ ਨਾਲੋਂ ਵੱਡਾ ਹੁੰਦਾ, ਪਰ ਉਹਨੂੰ ਨਹੀਂ ਪਤਾ ਵੀ ਪ੍ਰਕਰਮਾਂ 'ਚ ਯੋਗਾ ਨਹੀਂ ਕਰਿਆ ਜਾ ਸਕਦਾ, ਉਹਨੂੰ ਯੋਗਾ ਕਰਨ ਨੂੰ ਹੋਰ ਕੋਈ ਜਗ੍ਹਾ ਨਹੀਂ ਲੱਭੀ, ਉੱਥੇ ਉਹ ਯੋਗਾ ਆਸਣ ਨੂੰ ਉਹਨੇ ਕੋਈ ਦੇਖਿਆ ਵੀ ਕੋਈ ਸ਼ੀਰਸ ਆਸਣ ਉਸ ਕਰ ਰਿਹਾ ਹੈ, ਕੋਈ ਯੋਗਾ ਦਾ ਉੱਥੇ ਕੈਂਪ ਲੱਗਿਆ ਹੋਇਆ ਚਾਹੀਦਾ, ਇੰਨੇ ਕੈਂਪ ਲੱਗੇ ਹੋਏ ਨੇ ਯੋਗਾ ਡੇ 'ਤੇ, ਉਹਨਾਂ ਕੈਂਪਾਂ 'ਚ ਉਹ ਸ਼ੀਰਸ ਆਸਣ ਕਰਨ ਲੱਗੇ, ਉਹਨੂੰ ਉੱਥੇ ਸ਼ੀਰਸ ਆਸਣ ਕਰਨਾ ਸਿੱਝਿਆ। ਸੋ ਇਹ ਬਿਨਾਂ ਗੱਲ ਦੇ ਨਹੀਂ ਹੈ, ਇਹ ਕੋਈ ਐਂ ਨਹੀਂ ਵੀ ਨਮਾਜ਼ ਪੜ੍ਹਨੀ ਹੈ ਜੀ, 5 ਵਕਤ ਪੜ੍ਹਨੀ ਹੈ ਜੀ, ਹੁਣ ਇਹਦਾ ਟਾਈਮ ਹੋ ਗਿਆ, ਉਹ ਬੀਬੀ ਦੱਸੇ ਵੀ ਉੱਥੇ ਯੋਗਾ ਕਰਨ ਦਾ ਉਹਨੂੰ ਕੀ ਮਤਲਬ ਸੀ, ਉੱਥੇ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ, ਯੋਗਾ 'ਚ ਅੱਖ ਕੰਨ ਬੰਦ ਕਰ ਲੈਂਦੇ ਨੇ, ਉਹ ਤਾਂ ਤੁਸੀਂ ਗੁਰਬਾਣੀ ਸੁਣ ਵੀ ਨਹੀਂ ਸਕਦੇ, ਉੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ, ਕੀਰਤਨ ਪ੍ਰਵਾਹ ਚੱਲਦਾ ਹਰ ਵਕਤ, ਤੁਸੀਂ ਦਰਬਾਰ ਸਾਹਿਬ 'ਚ ਗਏ ਕਰਨ ਕੀ ਹੋ? ਜੇ ਤੁਸੀਂ ਗਏ ਹੋ ਦਰਸ਼ਨ ਕਰਨ, ਫਿਰ ਦਰਸ਼ਨ ਕਰੋ, ਤੁਸੀਂ ਯੋਗਾ ਕਰਨ ਗਏ ਉੱਥੇ, ਜੇ ਯੋਗਾ ਤੁਸੀਂ ਕਰਨਾ ਕਿਸੇ ਪਾਰਕਾਂ 'ਚ ਰੋਜ਼ ਹੀ ਸਵੇਰੇ ਯੋਗਾ ਕਰਦੇ ਨੇ ਲੋਕ, ਔਰ ਉੱਥੇ ਐਡਾ ਵੱਡਾ ਕੰਪਨੀ ਬਾਗ ਹੈਗੇ ਅੰਮ੍ਰਿਤਸਰ, ਦੇਖਣ ਵੀ ਆਈ ਸੀ, ਅੰਮ੍ਰਿਤਸਰ 'ਚ ਇੱਕ ਕੰਪਨੀ ਬਾਗ ਹੈ ਬਹੁਤ ਮਸ਼ਹੂਰ ਹੈ ਔਰ ਦਰਬਾਰ ਸਾਹਿਬ ਤੋਂ ਕਾਫੀ ਨੇੜੇ ਹੈ, ਉੱਥੇ ਜਾ ਕੇ ਯੋਗਾ ਕਰ ਲੈਂਦੀ ਜਿੰਨਾ ਕਰਨਾ ਸੀ।
ਦਰਬਾਰ ਸਾਹਿਬ ਦੀ ਪ੍ਰਕਰਮਾ ਚੋਣ ਯੋਗਾ ਕਿਉਂ ਕਰਿਆ? ਇਹ ਜਾਣ ਬੁੱਝ ਕੇ ਕਰਿਆ ਗਿਆ, ਹੁਣ ਜੋ ਮਰਜ਼ੀ ਕਹੇ। ਇੱਕ ਪਰ ਸ਼੍ਰੋਮਣੀ ਕਮੇਟੀ ਵਾਸਤੇ ਇਹ ਹੈ, ਇੱਕ ਪਾਸੇ ਤਾਂ ਇਹਨਾਂ ਦੇ ਜਿਹੜੇ ਸੇਵਾਦਾਰ ਨੇ ਉਹ ਕਿਸੇ ਨੇ ਸਿਰ ਦੇ ਉੱਤੇ ਸਰਦੀਆਂ ਦੇ ਵਿੱਚ ਨਾ ਉਹ ਜੈਕਟ ਪਾਈ ਹੋਵੇ ਜਿਹਦੇ ਨਾਲ ਹੀ ਟੋਪੀ ਜੀ ਬਣੀ ਹੁੰਦੀ ਹੈ, ਉਹਨੂੰ ਲਹਾ ਕੇ ਕਹਿੰਦੇ ਨੇ ਵੱਖਰੀ ਟੋਪੀ ਪਾ, ਨਹੀਂ ਤਾਂ ਵੱਖਰਾ ਇੱਥੇ ਬੰਨ, ਟੋਪੀ ਨਹੀਂ ਪਾ ਕੇ ਜਾਣਾ ਅੰਦਰ। ਇੱਕ ਪਾਸੇ ਤੋਂ ਉਹਨਾਂ ਨੂੰ ਐਂ ਮਤਲਬ ਮੈਂ ਕਹਾਂਗਾ ਉਹਨੂੰ ਬੰਦਾ ਨਹੀਂ ਸਮਝਦੇ, ਉਹਨੂੰ ਘੂਰ ਘੂਰ ਕੇ ਪੈਂਦੇ ਨੇ। ਮੇਰੇ ਆਪਦੇ ਨਾਲ ਵਾਪਰੀ ਹੋਈ ਹੈ, ਇੱਕ ਅੱਧੀ ਵਾਰੀ ਨਹੀਂ, ਦੋ ਤਿੰਨ ਵਾਰੀ। ਹਾਲਾਂਕਿ ਮੈਂ ਥੱਲੇ ਉਹ ਗੁਰੂ ਬੰਦ ਬੰਨਿਆ ਹੋਇਆ ਸੀ, ਉਹਨੇ ਦੇਖੀ ਨਹੀਂ ਵੀ ਇਹਨੇ ਥੱਲੇ ਤੱਕ ਬੰਨਿਆ ਹੋਇਆ, ਉੱਤੋਂ ਟੋਪੀ ਕਾਹਨੂੰ ਇਹਨੇ ਪਾਈ ਹੋਈ ਹੈ ਨਾ, ਕਿਉਂਕਿ ਉਹਨਾਂ ਨੂੰ ਆਪਦਾ ਹੰਕਾਰ ਹੈ ਵੀ ਅਸੀਂ ਵਰਛਾ ਲੈ ਕੇ ਖੜੇ ਉਰੇ, ਇਹਨਾਂ ਦੀ ਹਿੰਮਤ ਕਿਵੇਂ ਪੈ ਜੇ? ਇੱਕ ਪਾਸੇ ਇਹ ਹੈ, ਦੂਜੇ ਪਾਸੇ ਯੋਗਾ ਹੋਈ ਜਾਂਦਾ ਤਾਂ ਨਹੀਂ ਬੋਲੇ, ਤੀਜੇ ਪਾਸੇ ਦਰਬਾਰ ਸਾਹਿਬ ਦੇ ਅੰਦਰ ਟੱਪ ਕੇ ਉਹਨੇ ਬੇਅਦਬੀ ਕਰਤੀ, ਉੱਥੇ ਨਹੀਂ ਬੋਲੇ, ਮੁੜ ਕੇ ਉਹਨੂੰ ਫੜ ਕੇ ਮਾਰਤਾ। ਸ਼੍ਰੋਮਣੀ ਕਮੇਟੀ ਨੇ ਇਨਵੈਸਟੀਗੇਸ਼ਨ ਕਰਿਆ, ਕਿਸੇ ਪੁਲਿਸ ਨੇ ਇਨਵੈਸਟੀਗੇਸ਼ਨ ਕਰੀ ਵੀ ਮਾਰ ਕਿਵੇਂ ਦਿੱਤਾ? ਕੀ ਕਰਨਾ ਕਰਦੇ ਹਾਂ ਅਸੀਂ? ਅਸੀਂ ਇਹ ਗੱਲ ਕਰਨ ਦੀ ਬਜਾਏ ਦੇਖੋ, ਧਰਮ ਦੀ ਆਪਦੀ ਜਗ੍ਹਾ ਹੈ, ਲਾ ਐਂਡ ਆਰਡਰ ਨੂੰ ਆਪਦੇ ਹੱਥ 'ਚ ਨਹੀਂ ਲਿਆ ਜਾ ਸਕਦਾ। ਐਂ ਤਾਂ ਤੁਸੀਂ ਜਿਹਨੂੰ ਮਰਜ਼ੀ ਫੜ ਕੇ ਮਾਰ ਦੋਗੇ। ਅੱਜ ਤੁਸੀਂ ਕਹਿੰਦੇ ਹੋ ਗੁਰਦੁਆਰੇ 'ਚ ਕੁਛ ਕਰਿਆ ਹੈ ਜਾਂ ਮੰਦਰ 'ਚ ਕੁਛ ਕਰਿਆ ਜਾਂ ਮਸੀਤ 'ਚ ਕੁਛ ਕਰਿਆ ਹੈ, ਕੱਲ ਨੂੰ ਕਹੋਗੇ ਮਸੀਤ ਦੇ ਸਾਹਮਣੇ ਕਰਿਆ, ਪਰਸੋਂ ਨੂੰ ਕਹੇਂਗੇ ਗੁਰਦੁਆਰੇ ਦੇ ਲਾਗੇ ਪਾਰਕ ਸੀ ਉਹਦੇ ਪਾਰਕ 'ਚ ਕਿਉਂ ਕਰਿਆ? ਫਿਰ ਤਾਂ ਤੁਸੀਂ ਕਿਤੇ ਐਂਡ ਨਹੀਂ ਹੋਣਾ ਇਸ ਗੱਲ ਦਾ, ਇਹ ਗੱਲ ਕਦੇ ਨਹੀਂ ਖਤਮ ਹੋਣੀ। ਫਿਰ ਹਜੇ ਤੁਹਾਨੂੰ ਹੱਕ ਕਿੱਥੋਂ ਮਿਲ ਗਿਆ? ਕਦੇ ਕਿਸੇ ਦੇ ਤੁਸੀਂ ਗੁਟਕਾ ਖੋਲ ਲੈਂਦੇ ਹੋ, ਕਿਸੇ ਦੇ ਤੁਸੀਂ ਪਾਠ ਕਰਨ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਹੋ, ਕਿਤੇ ਆ ਪਿੱਛੇ ਇੱਕ ਆ ਰਹੀ ਸੀ ਦਲਿਤ ਦੀ ਵੀਡੀਓ, ਉਹਨੂੰ ਕਹਿੰਦੇ ਵੀ ਤੈਨੂੰ ਤਾਂ ਅਸੀਂ ਤੇਰੇ ਘਰੇ ਕਿਉਂਕਿ ਮੂਰਤੀਆਂ ਨੇ, ਅਸੀਂ ਤਾਂ ਤੈਨੂੰ ਅਖੰਡ ਪਾਠ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਲਿਜਾਣ ਦੇਣੀ। ਇਹਨਾਂ ਨੂੰ ਪੁੱਛੋ ਜਿਹੜੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿੱਥੇ ਮੂਰਤੀਆਂ ਨਹੀਂ ਹੈਗੀਆਂ, ਉਹਨਾਂ ਗੁਰਦੁਆਰਿਆਂ 'ਚ ਜਿੱਥੇ ਫੋਟੋਆਂ ਲੱਗੀਆਂ ਨੇ ਉੱਥੇ ਅਖੰਡ ਪਾਠ ਦਾ ਕਿਵੇਂ ਪ੍ਰਕਾਸ਼ ਹੋ ਗਿਆ? ਫਿਰ ਮੂਰਤੀ ਤਾਂ ਮੂਰਤੀ ਹੈ ਨਾ, ਕੋਈ ਪੱਥਰ ਦੀ ਮੂਰਤੀ ਹੈ, ਕੋਈ ਕਾਗਜ਼ ਦੀ ਮੂਰਤੀ ਹੈ, ਕੋਈ ਗੱਤੇ ਦੀ ਮੂਰਤੀ ਹੈ, ਕੋਈ ਆ ਜਿਹੜੀ ਸਮੁੰਦਰੀ ਝੱਗ ਜੀ ਹੁੰਦੀ ਹੈ ਉਹਦੀ ਮੂਰਤੀ ਹੈ ਜਿਹਨੂੰ ਕੱਟ ਆਊਟ ਕਹਿੰਦੇ ਨੇ, ਤੇ ਕੋਈ ਭਾਈ ਕੱਚ ਦੀ ਮੂਰਤੀ ਹੈ। ਮੂਰਤੀ ਤਾਂ ਮੂਰਤੀ ਹੈ, ਤੇ ਮੂਰਤੀਆਂ ਤਾਂ ਕਿੰਨੀ ਥਾਂ ਤੇ ਲੱਗੀਆਂ ਹੋਈਆਂ ਨੇ ਜੇ ਤੁਸੀਂ ਮੂਰਤੀਆਂ ਰੋਕਦੇ ਹੋ, ਪਰ ਤੁਹਾਨੂੰ ਇਹ ਕਾਨੂੰਨ ਹੱਥ 'ਚ ਲੈਣ ਦਾ ਹੱਕ ਕਿੱਥੋਂ ਮਿਲ ਗਿਆ? ਤੁਸੀਂ ਸੰਵਿਧਾਨ ਦੇ ਉਲਟ ਕਿਵੇਂ ਗੱਲ ਕਰਨ ਲੱਗੇ? ਪਰ ਕਿਉਂਕਿ ਜੇ ਦ੍ਰੋਪਦੀ ਮੁਰਮੂ ਜੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ, ਸੰਵਿਧਾਨ 'ਚ ਤਾਂ ਲਿਖਿਆ ਵੀ ਕਿਸੇ ਹਿੰਦੂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਫਿਰ ਵੀ ਰੋਕਤਾ, ਉਹ ਤਾਂ ਰਾਸ਼ਟਰਪਤੀ ਨੇ। ਸੋ ਇੱਥੇ ਜਿਹੜਾ ਹੈ ਅੰਨੇ ਹੰਨੇ ਦਾ ਰਾਜ ਹੈ, ਇੱਥੇ ਜਿਹੜੀ ਜ਼ੋਰ ਦੀ ਰਮਾਈ ਰਮਦੀ ਹੈ ਕਾ ਹੋ ਰਿਹਾ, ਇੱਥੇ ਜਮਹੂਰੀਅਤ ਦੇ ਉੱਤੇ ਬਹੁਤ ਵੱਡੇ ਹਮਲੇ ਹੋ ਰਹੇ ਨੇ, ਔਰ ਉਹ ਹਮਲੇ ਕਰਾਉਣ ਦੇ ਵਿੱਚ ਇੱਥੋਂ ਦੀਆਂ ਸਰਕਾਰਾਂ ਵੀ, ਕੇਂਦਰ ਦੀ ਸਰਕਾਰ ਵੀ ਸ਼ਾਮਿਲ ਨੇ, ਤਾਂ ਕਿ ਲੋਕਾਂ ਦੇ ਉੱਤੇ ਡੰਡਾ ਤਾਂ ਹੀ ਫੇਰਿਆ ਜਾ ਸਕਦਾ ਜੇ ਇਹ ਦਿਖਾਇਆ ਜਾਵੇ ਵੀ ਸਰਕਾਰ ਨੇ ਪੁੱਠੇ ਕੰਮ ਹੋਈ ਜਾਣ, ਪਿੱਛੋਂ ਜ਼ਿਆਦਾ ਡੰਡਾ ਫੇਰੇ। ਜੇ ਪੁੱਠਾ ਕੰਮ ਹੀ ਨਹੀਂ ਹੋਵੇ ਡੰਡਾ ਕਾਹਦਾ ਫੇਰਨਾ? ਜਿੱਥੇ ਚੋਰੀ ਨਹੀਂ ਹੁੰਦੀ ਉੱਥੇ ਪੁਲਿਸ ਵਾਲਿਆਂ ਨੂੰ ਕੀ ਮਿਲਣਾ? ਜਿਹੜੀ ਚੋਰੀਆਂ ਰੋਜ਼ ਹੋਣਗੀਆਂ, ਕਤਲ ਹੋਣਗੇ, ਫਿਰ ਵੀ ਉਹਨਾਂ ਨੂੰ ਪੈਸੇ ਮਿਲਦੇ। ਕਿਸੇ ਨੇ ਪੁੱਛਿਆ ਵੀ ਯਾਰ ਤੁਸੀਂ ਕਤਲ 'ਤੇ ਵੀ ਪੈਸੇ ਲੈਂਦੇ ਹੋ? ਕਹਿੰਦੇ ਹੁਣ ਸਾਨੂੰ ਵਿਆਹ ਸ਼ਾਦੀ ਤਾਂ ਕੋਈ ਬੁਲਾਉਂਦਾ ਨਹੀਂ, ਬੁਲਾਉਂਦੇ ਤਾਂ ਕਤਲ 'ਤੇ ਨੇ, ਫਿਰ ਉਦੋਂ ਹੀ ਪੈਸੇ ਪੈਣੇ ਨੇ। ਸੋ ਇਹੋ ਜਿਹਾ ਹਾਲ ਹੈ ਸਾਡਾ। ਸੋ ਸਾਡਾ ਜਿਹੜਾ ਹਾਲ ਹੈ ਨਾ, ਉਹ ਅਸੀਂ ਇੱਕ ਸਭੇ ਸਮਾਜ ਦੀ ਗੱਲ ਕਰਦੇ ਹਾਂ। ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ ਅਸੀਂ ਕਿਵੇਂ ਦਿਖਾਉਂਦੇ ਹਾਂ, ਜਦ ਅਸੀਂ ਬੜੇ ਹੰਕਾਰ 'ਚ ਹਾਂ ਵੀ ਅਸੀਂ ਪੰਜਾਬੀ ਬੜੀ ਚੀਜ਼ ਮਾਰਖ ਹਾਂ, ਸਾਡੇ ਜਿੰਨਾ ਦੱਸਿਆ ਨਹੀਂ ਕੋਈ ਨਹੀਂ। ਹੁਣ ਪੁੱਛੋ ਤੁਸੀਂ ਆਪਦਾ ਇਤਿਹਾਸ ਕਿੰਨਾ ਕੁ ਲਿਖੇ, ਤੁਸੀਂ ਹੁਣ ਕਿੰਨੀ ਕੁ ਸਿਆਣਪ ਕਰਦੇ ਹੋ? ਸਿਆਣਪ ਕੋਈ ਕੱਲੀ ਐਂ ਤਾਂ ਹੁੰਦੀ ਨਹੀਂ ਵੀ ਗੱਡਾ ਮਾਰੀ ਜਾਓ, ਜਾਂ ਵੀ ਅਸੀਂ ਤਾਂ ਹਾਂ ਹੀ ਮੂਰਖ, ਅਸੀਂ ਤਾਂ ਕੁਛ ਕਰਿਆ ਹੀ ਨਹੀਂ, ਅਸੀਂ ਤਾਂ ਆਪਦਾ ਇਤਿਹਾਸ ਲਿਖਿਆ ਹੀ ਨਹੀਂ, ਅਸੀਂ ਤਾਂ ਆਪਦੀਆਂ ਜਿਹੜਾ ਪੂਰਾ ਭਾਰਤੀ ਦਰਸ਼ਨ ਹੈ, ਭਾਰਤ ਦਾ ਜਿਹੜਾ ਫਲਸਫਾ ਹੈ, ਤੇ ਭਾਰਤ ਦੇ ਵਿੱਚ ਜਿਹੜਾ ਵਿਗਿਆਨ ਤੇ ਟੈਕਨੋਲੋਜੀ ਦਾ ਵਿਕਾਸ ਹੈ, ਭਾਰਤ ਦੇ ਵਿੱਚ ਜਿਹੜਾ ਵਪਾਰ ਦਾ ਵਿਕਾਸ ਹੈ, ਭਾਰਤ ਦੇ ਵਿੱਚ ਜਿਹੜਾ ਖੇਤੀ ਦਾ ਵਿਕਾਸ ਹੈ, ਕਿ ਭਾਰਤ ਦੇ ਵਿੱਚ
ਜਿਹੜਾ ਦੁਸ਼ਮਣ ਦੇ ਨਾਲ ਲੋਹਾ ਲੈਣ ਦੇ ਵਿੱਚ, ਜੰਗ ਕਰਨ ਦੇ ਵਿੱਚ ਕਰਤੱਵਾਂ ਦਾ ਵਿਕਾਸ ਹੈ, ਮਨੁੱਖਤਾ ਨੂੰ ਬਰਾਬਰ ਸਮਝਣ ਦਾ ਵਿਕਾਸ ਹੈ, ਉਹ ਪੰਜਾਬ 'ਚ ਸਭ ਤੋਂ ਜ਼ਿਆਦਾ ਹੋਇਆ। ਹੁਣ ਕੀ ਹੈ, ਅਸੀਂ ਉਹਨੂੰ ਕਹਿਣ ਲੱਗੇ ਇਹ ਭਾਰਤ ਦਾ ਫਲਸਫਾ, ਅਸੀਂ ਭੁੱਲ ਹੀ ਗਏ ਵੀ ਪੰਜਾਬ ਦਾ। ਹੜੱਪਾ ਮਹਿੰਜੋਦਾਰੋ ਕਿੱਥੇ ਸੀ? ਹੜੱਪਾ ਮਹਿੰਜੋਦਾਰੋ 5000 ਸਾਲ ਪਹਿਲਾਂ ਦੀ, ਔਰ 5 ਬਣੇ ਹੋਏ ਨੇ। ਪੁੰਦਰੀਕ ਨਾਂ ਦੀ ਇੱਕ ਕਿਤਾਬ ਹੈ ਆਈਸੀਐਸ ਕਪੂਰ ਸਿੰਘ ਦੀ ਲਿਖੀ ਹੋਈ ਹੈ, ਵੀ ਇਹ ਪਹਿਲਾਂ ਇੱਕ ਹੋਇਆ, ਉਹ ਢਹਿ ਗਿਆ, ਫੇਰ ਬਣ ਗਿਆ, ਉਹਦੇ ਉੱਤੇ ਇੱਕ ਹੋਰ, ਉਹਦੇ ਉੱਤੇ ਹੋਰ, ਉਹਦੇ ਉੱਤੇ ਹੋਰ। ਉੱਥੋਂ ਇੰਨੇ ਸੋਹਣੇ ਸੋਹਣੇ ਬਰਤਨ ਨਿਕਲਦੇ ਨੇ ਜਿਨ੍ਹਾਂ 'ਤੇ ਰੰਗ ਕਰਿਆ ਹੋਇਆ ਹੋਰ ਹੈ, ਉਹ ਕੀ ਸੀ? ਉਹ ਸਾਰੇ ਦਾ ਸਾਰਾ ਆ ਰਾਖੀ ਗੜੀ, ਆਹ ਰੋਪੜ, ਆ ਸੰਘੋੜ, ਇਹ ਸਾਰਿਆਂ 'ਚ ਨੇ ਉੱਥੋਂ। ਅਤੇ ਜੇ ਉਹ ਐਡੀ ਵੱਡੀ ਪੰਜਾਬ ਦੇ ਵਿੱਚ ਸੱਭਿਅਤਾ ਸੀ, ਜਿੱਥੇ ਇੰਨੇ ਇਸ਼ਨਾਨ ਘਰ ਬਣੇ ਹੋਏ ਸੀ, ਜ਼ਮੀਨ ਦੋ ਜਨਾਲੀਆਂ ਸੀ, ਕਿ ਜੇ ਸਾਨੂੰ ਕੁਛ ਨਹੀਂ ਆਉਂਦਾ ਸੀ, ਸਾਡੇ ਕੋਲ ਕੋਈ ਫਲਸਫਾ ਨਹੀਂ ਸੀ, ਫਿਰ ਬਣ ਕਿਵੇਂ ਗਏ? ਉੱਥੇ ਵੀ ਦਰਜਾ ਬਜਾ ਰਿਹਾ ਸੀ, ਕਿਉਂਕਿ ਵੱਡੇ ਘਰ ਵੀ ਨੇ, ਛੋਟੇ ਵੀ ਨੇ, ਦਰਜੇ ਵੀ ਹੈਗੇ ਸੀ। ਫਿਰ ਇਸ ਤੋਂ ਅੱਗੇ ਜਿਹੜਾ ਇਹ ਕਹਿੰਦੇ ਨੇ ਵੀ ਇਹ ਹੈ, ਉਹਦੇ ਸਿਲਾਲੇਖ ਅੱਜ ਤੱਕ ਨਹੀਂ ਪੜ੍ਹੇ ਗਏ, ਜਿਹੜਾ ਕੁਛ ਹੜੱਪਾ, ਇਹਦਾ ਮਤਲਬ ਸਾਨੂੰ ਅੱਖਰ ਵੀ ਪਹਿਲਾਂ ਆਉਂਦੇ ਸੀ। ਉਹ ਪੁਰਾਣੀਆਂ ਸੱਭਿਅਤਾ ਸ਼ਾਮਿਲ ਹੈ, ਜਿਹਦੇ 'ਚ ਇਰਾਕ ਦੀ ਸੱਭਿਅਤਾ, ਇਹਦੀ ਜਿਹਨੂੰ ਮੈਸੋਪੋਟਾਮੀਆ ਕਹਿੰਦੇ, ਇਰਾਨ ਦੀ ਸੱਭਿਅਤਾ, ਅਤੇ ਗਜਲਾ ਫਰਾਤ ਦੀ ਸੱਭਿਅਤਾ, ਜਿਹਦੇ ਵਿੱਚ ਯੂਨਾਨ ਦੀ ਸੱਭਿਅਤਾ, ਰੋਮ ਦੀ ਸੱਭਿਅਤਾ, ਉਹਨਾਂ ਸੱਭਿਅਤਾ ਦਾ ਮੁਕਾਬਲਾ ਹੈ ਸਾਡਾ। ਸਾਡੇ ਕੋਲ ਅੱਖਰ ਹੈਗੇ ਸੀ ਹੜੱਪਾ ਮਹਿੰਜੋਦੜ ਦੀ ਸੱਭਿਅਤਾ ਦੇ ਵਿੱਚ, ਉਹ ਲਿਖਤਾਂ ਮਿਲਦੀਆਂ ਨੇ, ਪਰ ਉਹ ਪੜ੍ਹੀਆਂ ਨਹੀਂ ਜਾ ਰਹੀਆਂ ਅਜੇ ਸਾਤੋਂ, ਉਹ ਗੱਲ ਵੱਖਰੀ ਹੈ। ਇਹਦਾ ਮੈਂ ਸੰਤ ਅੱਖਰ ਗਿਆਨ ਵੀ ਸੀ ਕਿਸੇ ਜ਼ਮਾਨੇ 'ਚ, ਐਡਾ ਐਡਾ ਪੁਰਾਣਾ ਪਤਾ ਸੀ ਸੰਤ। ਫਿਰ ਉਸ ਤੋਂ ਬਾਅਦ ਜਿੰਨਾ ਪਤੰਜਲੀ, ਪਤੰਜਲੀ 'ਚ ਐਸੇ ਸੀ, ਮਹਾਂਭਾਰਤ, ਸਾਰਾ ਮਹਾਂਭਾਰਤ ਇਹ ਪੰਜਾਬ 'ਚ ਹੋਇਆ। ਕੁਰਕਸ਼ੇਤਰ, ਆਹ ਜਿਹੜਾ ਭੇਵੇ ਦੇ ਲਾਗੇ ਜਿੱਥੇ ਗੀਤਾ ਦਾ ਉਪਦੇਸ਼ ਦਿੱਤਾ ਗਿਆ ਹੈ, ਇੱਧਰ ਤਲਵਾੜੇ ਵੱਲ ਵੀ ਪਾਂਡਵਾਂ ਦੀ ਰਸੋਈ ਰਹੀ ਆ, ਉਹ ਜਦੋਂ ਬਨਵਾਸ ਦੇ ਵਿੱਚ ਸੀਗੇ, ਇਹ ਤਾਂ ਸਾਰਾ ਕੁਛ ਸਾਡੇ ਕੋਲ ਹੈ। ਇਹਦੇ ਰਮਾਇਣ, ਰਮਾਇਣ ਦਾ ਸਾਰਾ ਜਿਹੜਾ ਹੈਗਾ ਉਹ ਕਰਨਾ ਧਰਨਾ ਜਿਹੜਾ ਇਹ ਪੰਜਾਬ ਦੇ ਵਿੱਚ ਰਿਹਾ। ਆ ਮਾਤਾ ਕੁਛੰਦਾ ਜਿਹੜਾ ਤੁਹਾਡੇ ਪਟਿਆਲੇ ਹਸਪਤਾਲ ਬਣਿਆ, ਉਹ ਬਣਿਆ ਹੀ ਤਾਂ ਹੈ ਵੀ ਉਹ ਕੌਸ਼ਲ ਪ੍ਰਦੇਸ਼ ਸੀ, ਕੌਸ਼ਲ ਪ੍ਰਦੇਸ਼ ਦੇ ਵਿੱਚ ਰਾਮ ਜੀ ਦਾ ਜਨਮ ਹੋਇਆ ਸੀ, ਅਯੁੱਧਿਆ ਥੋੜ੍ਹਾ ਹੋਇਆ, ਉਹ ਤਾਂ ਤੁਲਸੀਦਾਸ ਜੀ ਰਮਾਇਣ 'ਚ ਲਿਖਿਆ ਹੋਇਆ, ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ। ਇਸ ਕਰਕੇ ਸਾਨੂੰ ਆਪਦੇ ਇਤਿਹਾਸ ਦੇ ਉੱਤੇ, ਸਾਨੂੰ ਆਪਦੇ ਦਰਸ਼ਨ ਦੇ ਉੱਤੇ, ਸਾਡੇ ਫਲਸਫੇ ਦੇ ਉੱਤੇ, ਸਾਨੂੰ ਪਤਾ ਹੀ ਨਹੀਂ ਵੀ ਇੱਥੇ ਫਲਸਫਾ ਕਿੱਡਾ ਵੱਡਾ ਸੀ। ਮੁਸਲਮਾਨਾਂ ਦੇ ਨਾਮ ਅਸੀਂ ਵਿੱਚੋਂ ਕੱਢ ਹੀ ਦਿੱਤੇ, ਉਦੇ ਸ਼ਾਹ ਕਿੱਡਾ ਵੱਡਾ ਫਲਸਫਾ ਲਿਖਿਆ, ਭਾਈ ਵੀਰ ਸਿੰਘ ਕਿੱਡੇ ਵੱਡੇ ਫਲਸਫੇ ਦੀਆਂ ਗੱਲਾਂ ਕਰ ਗਿਆ, ਕੋਈ ਮਤਭੇਦ ਹੋ ਸਕਦੇ ਨੇ ਉਹਨਾਂ ਨਾਲ 100 ਗੱਲਾਂ, ਐਡੇ ਐਡੇ ਰਾਈਟਰ ਹੋਏ ਨੇ। ਵਾਰਸ਼ਾਹ ਕਿੱਡੀ ਵੱਡੀ, ਉਹ ਹੀਰ ਵਾਰਸ਼ਾਹ ਲਿਖੇ ਗਿਆ, ਉਹ ਕੀ ਹੈ? ਉਹ ਇੱਕ ਇੱਕ ਫਲਸਫੇ ਨੂੰ ਚੈਲੇਂਜ ਹੈ, ਕੋਈ ਖਾਸ ਕਿਸਮ ਦਾ ਫਲਸਫਾ ਹੈ, ਉਹਨੂੰ ਕੋਈ ਚੰਗਾ ਕਹੇ, ਕੋਈ ਮਾੜਾ ਕਹੇ। ਹਾਲਾਂਕਿ ਇੱਕ ਵਿਦਵਾਨ ਤਾਂ ਉਹਨੂੰ ਕਹਿੰਦਾ ਮੈਂ ਹੀਰ ਬਣਨਾ ਪੰਜਾਬ ਬਣਾਉਣਾ ਹੈ, ਭਾਵੇਂ ਮੈਂ ਉਹਦੇ ਨਾਲ ਸਹਿਮਤ ਨਹੀਂ, ਪਰ ਇਹ ਤਾਂ ਸੱਚ ਹੈ ਵੀ ਉਹ ਫਲਸਫਾ ਤਾਂ ਇੱਕ ਹੈਗਾ ਹੀ ਹੈ। ਅਸੀਂ ਥਾਂ ਥਾਂ 'ਤੇ ਦੇਖਦੇ ਹਾਂ ਵੀ ਐਡੇ ਐਡੇ ਵੱਡੇ ਹੋਏ ਨੇ ਇੱਥੇ, ਐਡੇ ਐਡੇ ਵੱਡੇ ਵਿਦਵਾਨ ਹੋਏ ਨੇ, ਕਿਉਂਕਿ ਉਹ ਮੁਹੰਮਦਨ ਸੀ, ਇਸ ਕਰਕੇ ਅਸੀਂ ਉਹਨਾਂ ਨੂੰ ਨਹੀਂ ਪਛਾਉਂਦੇ। ਸੁਲਤਾਨ ਬਾਹੂ ਅਸੀਂ ਇਸ ਕਰਕੇ ਨਹੀਂ ਮੰਨਦੇ ਵੀ ਉਹ ਤਾਂ ਜੀ, ਉਹ ਤਾਂ ਮੁਹੰਮਦਨ ਜੀ, ਭਾਈ ਇੱਥੇ ਤਾਂ ਰਾਜਾ ਭਗਤ ਵੀ ਹੈ, ਕੌਣ ਸੀ ਭਗਤ? ਸੋ ਅਸੀਂ ਜਿਹੜਾ ਕੁਛ ਇੱਥੇ ਹੋਇਆ, ਜਿਹੜੇ ਫਲਸਫੇ ਨੇ ਇੱਥੇ, ਸਾਰੇ ਵੇਦ ਇੱਥੇ ਲਿਖੇ ਗਏ ਨੇ, ਗੀਤਾ ਇੱਥੇ ਲਿਖੀ ਗਈ ਆ, ਵੇਦ ਇੱਥੇ ਲਿਖੇ ਗਏ ਨੇ, ਭਾਗਵਤ ਪੁਰਾਣ ਇੱਥੇ ਲਿਖਿਆ ਗਿਆ, ਕ੍ਰਿਸ਼ਨ ਦੀ ਜਨਮ ਲੀਲਾ ਕਰ ਲਈ ਉਹ। ਤੇ ਜੇ ਐਡਾ ਵੱਡਾ ਗੁਰੂ ਨਾਨਕ ਦੇਵ ਜੀ ਨੇ, ਸਾਰਾ ਸਿੱਖ ਇਤਿਹਾਸ, ਸਾਰਾ ਸਿੱਖਾਂ ਦਾ ਫਲਸਫਾ। ਸੋ ਜੇ ਅਸੀਂ ਪੰਜਾਬ ਦੇ ਜਿਹੜਾ ਫਲਸਫੇ ਦੇ ਤੌਰ ਤੇ, ਪੰਜਾਬ ਅਰਥਚਾਰੇ ਦੇ ਤੌਰ ਤੇ, ਖੇਤੀ ਦੇ ਤੌਰ ਤੇ, ਹੜੱਪਾ ਮਹਿੰਜੋਦਾਰੋ ਦੀ ਸੱਭਿਅਤਾ ਦੇ ਵਿੱਚ ਕਣਕ ਤੇ ਜੌਂ ਮਿਲੇ ਨੇ, ਉਦੋਂ ਤਾਂ ਬਾਕੀ ਤਾਂ ਜੰਗਲੀ ਪਏ ਸੀਗੇ, ਖੇਤੀ ਹੁੰਦੀ ਸੀ, ਔਰ ਕੋਈ ਗੁਲਾਮ ਨਹੀਂ ਸੀਗੇ। ਹੜੱਪਾ ਮਹਿੰਜੋਦਾਰੋ ਦੀ ਸੱਭਿਅਤਾ ਕਿਤੇ ਗੁਲਾਮਾਂ ਦੀ ਨਿਸ਼ਾਨੀ ਨਹੀਂ ਮਿਲੀ, ਪੱਕੇ ਆਵੇ ਸੀ, ਕਿਉਂਕਿ ਪੱਕੇ ਬਰਤਨ ਮਿਲੇ ਨੇ। ਸੋ ਇਸ ਕਰਕੇ ਇੱਟਾਂ ਸੀ,
ਪੱਕੀਆਂ ਇੱਟਾਂ ਸੀ, ਇਹਦਾ ਮਤਲਬ ਸਾਨੂੰ ਭੱਠੇ ਵੀ ਚਲਾਉਣੇ ਆਉਂਦੇ ਸੀ ਉਦੋਂ, ਕਾਂਸੇ ਦਾ ਯੁੱਗ ਸੀ, ਕਾਂਸੇ ਦੇ ਬਰਤਨ ਵੀ ਮਿਲੇ ਨੇ। ਸੋ ਇਸ ਕਰਕੇ ਅਸੀਂ ਜਿਹੜਾ ਇਹ ਪੰਜਾਬ ਦਾ ਜਿਹੜੀ ਆਪਦੀ ਆਬੋ ਹਵਾ, ਜਿਹੜਾ ਆਪਦਾ ਇਤਿਹਾਸ ਹੈ, ਉਹਨੂੰ ਅੱਗੇ ਲੈ ਕੇ ਜਾਣਾ, ਉਹਨੂੰ ਲਿਜਾਣ ਵਾਸਤੇ ਇੱਥੇ ਇੱਕ ਜਿਹਨੂੰ ਅਸੀਂ ਕਹਿੰਦੇ ਹਾਂ ਰਲਿਆ ਮਿਲਿਆ ਸੱਭਿਆਚਾਰ ਹੈ, ਇੱਕ ਰਲਿਆ ਮਿਲਿਆ ਫਲਸਫਾ ਹੈ। ਉਹ ਫਲਸਫੇ ਦੇ ਵਿੱਚ ਮੀਮਾਂਸਾ ਵੀ ਹੈ, ਉਹ ਫਲਸਫੇ ਦੇ ਵਿੱਚ ਸਾਂਖ ਦਰਸ਼ਨ ਵੀ ਹੈ, ਉਹ ਫਲਸਫੇ ਵਿੱਚ ਸਿੱਖਾਂ ਦਾ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਵੀ ਹੈ, ਉਹ ਫਲਸਫੇ ਦੇ ਵਿੱਚ ਵੇਦਾਂਤ ਵੀ ਹੈ, ਉਹ ਫਲਸਫੇ ਵਿੱਚ ਗੀਤਾ ਵੀ ਹੈ, ਉਹ ਫਲਸਫੇ ਦੇ ਵਿੱਚ ਮਹਾਭਾਰਤ ਵੀ ਹੈ, ਉਹ ਫਲਸਫੇ ਦੇ ਵਿੱਚ ਜੇ ਅਸੀਂ ਦੇਖੀਏ ਵੇਦ ਵੀ ਨੇ, ਪੁਰਾਣ ਵੀ ਨੇ। ਸੋ ਫਲਸਫਾ ਦੇ ਤੌਰ 'ਤੇ, ਪੜ੍ਹਾਈ ਦੇ ਤੌਰ 'ਤੇ ਤਕਸ਼ਲਾ, ਅੱਗੇ ਵੱਡੀ ਤਕਸ਼ਲਾ ਦੀ ਯੂਨੀਵਰਸਿਟੀ ਅੱਜ ਤੋਂ 3000 ਸਾਲ ਪਹਿਲਾਂ ਕਿਵੇਂ ਬਣ ਗਈ ਐਡੀ ਯੂਨੀਵਰਸਿਟੀ? ਲੋਕ ਉੱਥੇ ਪੜ੍ਹਨ ਆਉਂਦੇ ਸੀ, ਹੁਣ ਉਹ ਪਾਕਿਸਤਾਨ 'ਚ ਹੈ ਤਕਸ਼ਲਾ ਦਾ ਏਰੀਆ, ਇਹ ਯੂਨੀਵਰਸਿਟੀ ਤਾਂ ਹੀ ਬਣੀ ਨਾ ਜੇ ਅਸੀਂ ਕੁਝ ਜਾਣਦੇ ਸੀ ਪੜ੍ਹਨਾ ਲਿਖਣਾ। ਸੋ ਇਸ ਕਰਕੇ ਅਸੀਂ ਨਾ ਤਾਂ ਪੰਜਾਬ ਦਾ ਜਿਹੜਾ ਗੌਰਵ ਵੀ, ਜਿਹੜਾ ਸਾਡੇ ਵਾਸਤੇ ਇੱਕ ਕਹਿ ਲਓ ਵੀ ਸਾਡੀ ਇੱਜ਼ਤ ਵਧਾਉਣ ਵਾਲਾ ਇਤਿਹਾਸ ਹੈ, ਨਾ ਤਾਂ ਅਸੀਂ ਉਹ ਜਾਣਦੇ ਹਾਂ, ਨਾ ਅਸੀਂ ਸਿੱਖੀ ਦਾ ਇਹ ਦੇਖਿਆ ਵੀ ਸਿੱਖੀ ਦੀ ਪੱਗ ਕਿੰਨੀ ਉੱਚੀ ਵੀ। ਇਹ ਤਾਂ ਸਾਰੇ ਜੀ ਲੋਕਾਂ ਨੂੰ ਹਰੇਕ ਨੂੰ ਲੰਗਰ ਦਿੰਦੇ ਨੇ, ਹਰੇਕ ਮੁਸੀਬਤ ਚਾਹੀ ਦੀ ਮਦਦ ਕਰਦੇ ਨੇ। ਜੇ ਹਾਕਮ ਕਿਸੇ ਗਰੀਬ ਦੇ ਉੱਤੇ ਜ਼ੁਲਮ ਕਰੇ ਤਾਂ ਇਹ ਤਲਵਾਰ ਕੱਢ ਕੇ ਖੜੇ ਹੋ ਜਾਂਦੇ ਵੀ ਕਰਕੇ ਦਿਖਾ ਦਿਓ, ਇਹਨਾਂ ਦੇ ਗੁਰੂਆਂ ਨੇ ਦੋ ਨੇ ਸ਼ਹੀਦੀਆਂ ਦਿੱਤੀਆਂ ਇਸੇ ਗੱਲ ਵਾਸਤੇ, ਲਾਲਚ 'ਚ ਨਹੀਂ ਆਉਂਦੇ। 6 ਤੇ 9 ਸਾਲ ਦੇ ਬੱਚੇ, 7 ਤੇ 9 ਸਾਲ ਦੇ, ਉਹ ਸ਼ਹੀਦੀ ਪਾ ਗਏ, ਸ਼ਹੀਦੀ ਦਾ ਜਾਮ ਪਾ ਗਏ, ਪਰ ਉਹ ਨੀਚੇ ਨਹੀਂ ਲੱਗੇ। ਫਿਰ ਸਾਰਿਆਂ ਦਾ ਰਲ ਕੇ ਤੁਸੀਂ ਦੇਖੋ ਟੋਡਰ ਮੱਲ ਦੀ ਮੇਰੀ, ਹੁਣ ਟੋਡਰ ਮੱਲ ਕੌਣ ਸੀ? ਟੋਡਰ ਮੱਲ ਤਾਂ ਕੋਈ ਸਿੱਖ ਨਹੀਂ ਸੀ, ਪਰ ਉਹਨੇ ਤਾਂ ਮੋਹਰਾ ਚਿਣ ਕੇ ਜਗ੍ਹਾ ਲੈ ਕੇ ਦਿੱਤੀ। ਮੋਤੀ ਮਹਿਰਾ ਤੁਹਾਡਾ ਦੁੱਧ ਪਿਲਾਉਣ ਜਾਂਦਾ ਰਿਹਾ ਬੁਰਜ ਦੇ ਵਿੱਚ, ਸਾਰਾ ਬੱਚਾ ਕਿਸਾਨ ਬੱਚੇ ਕਹਾਣੀ ਪੀ ਲਿਆ ਗਿਆ ਉਹ। ਸੋ ਜੇ ਆਪਾਂ ਦੇਖੀਏ ਆਪਾਂ ਧਰਮ ਦੇ ਨਾਂ 'ਤੇ, ਜੇ ਉਹੀ ਗੱਲ ਕਰਨੀ ਹੈ, ਇੱਕ ਪਾਸੇ ਗੰਗੂ ਬ੍ਰਾਹਮਣ ਸੀ, ਇੱਕ ਪਾਸੇ ਇਹ ਸੀਗਾ ਟੋਡਰ ਮੱਲ, ਠੀਕ ਹੈ ਨਾ, ਇੱਕ ਪਾਸੇ ਉਹ ਬੇੜੀ ਦੇ ਉੱਤੇ ਨਹਾਉਣ ਵਾਲਾ ਸੀ ਮਾਝੀ, ਅਤੇ ਦੂਜੇ ਪਾਸੇ ਉਹੀ ਆਪਣਾ ਇਹ ਮੋਤੀ ਮਹਿਰਾ ਸੀ, ਜਿਹਨਾਂ ਦੋਹਾਂ ਨੇ ਮਦਦ ਵੀ ਕਰੀ। ਸੋ ਇਸ ਕਰਕੇ ਸਾਡੇ ਜਿਹੜੇ ਇਸੇ ਤਰ੍ਹਾਂ ਹੀ ਆ ਕੋਟਲਾ ਨਿਹੰਗ ਦੇ ਵਿੱਚੋਂ ਨਿਹੰਗ ਸੀ ਜਿਹੜਾ ਸੀ, ਕੋਟਲਾ ਨਿਹੰਗ ਤਾਂ ਕਿਹਾ ਜਾਂਦਾ, ਉਹ ਮੁਸਲਮਾਨ ਅਹਿਲਕਾਰ ਸੀ ਜਿਹਨੇ ਪਨਾਹ ਦਿੱਤੀ ਹੋਈ ਸੀ, ਜਿਹਨੇ ਰੱਖੇ ਹੋਏ ਸੀ। ਸੋ ਅਸੀਂ ਇਹਨੂੰ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਵੰਡਣ ਦੀ ਬਜਾਏ, ਅੱਜ ਵੀ ਸਿੱਖੀ ਸਭ ਦੇ ਵਾਸਤੇ ਆ, ਕੋਈ ਜਾਤ ਦਾ ਗਰਵ ਨਹੀਂ, ਕੋਈ ਧਰਮ ਦਾ ਗਰਵ ਨਹੀਂ, ਸਿੱਖੀ ਸਾਰਿਆਂ ਵਾਸਤੇ ਹੈ, ਪੰਜਾਬੀ ਸੱਭਿਆਚਾਰ ਸਾਰਿਆਂ ਵਾਸਤੇ ਹੈ। ਜਿਹੜਾ ਦਰਬਾਰ ਸਾਹਿਬ ਦੇ, ਦਰਬਾਰ ਸਾਹਿਬ ਸਾਰਿਆਂ ਵਾਸਤੇ ਬੜੇ ਆਦਰ ਮਾਣ ਵਾਲੀ ਜਗ੍ਹਾ, ਬੜੇ ਗਿਆਨ ਦਾ ਸੋਮਾ, ਗਿਆਨ ਦੀ ਉੱਤੋਂ ਤਾਕਤ ਦਾ ਵੀ ਸੋਮਾ, ਅਕਾਲ ਤਖਤ ਸਾਹਿਬ ਤਾਕਤ ਦਾ ਸੋਮਾ, ਇਨਸਾਫ਼ ਦਾ ਸੋਮਾ। ਉਹ ਸੋਮੇ ਨੂੰ ਅਸੀਂ ਸੁੱਕਣ ਨਹੀਂ ਦੇਣਾ, ਉਹ ਸੋਮੇ ਤੋਂ ਅਸੀਂ ਜਾਣਨ ਲੈਣਾ, ਅਤੇ ਉੱਥੇ ਜਾ ਕੇ ਜੇ ਕੋਈ ਖਰਾਬ ਕਰਦਾ ਹੈ ਤਾਂ ਸਾਨੂੰ ਰੋਕਣਾ ਤਾਂ ਪਏਗਾ, ਪਰ ਰੋਕਦੇ ਇਸ ਪਾਸੇ ਨਾ ਤੁਰ ਵੀ ਅਸੀਂ ਕਾਤਲ ਕਹਾਉਣ ਲੱਗ ਜੀ, ਇਹ ਸਾਨੂੰ ਧਿਆਨ ਰੱਖਣਾ ਪਏਗਾ। ਦੂਜਾ, ਦੁਸ਼ਮਣ ਸਾਡੇ 'ਚ ਚਾਲਾਂ ਕਰਦਾ। ਹੁਣ ਕਈ ਕਹਿੰਦੇ ਨੇ ਉਹ ਜੀ ਆਏ ਚਾਲਾਂ, ਮੈਂ ਤੁਹਾਡੀ ਗੱਲ ਸੁਣਦਾ, ਹੁਣ ਇੱਕ ਮਿੰਟ 'ਚ ਕਹਿ ਕੇ ਫਿਰ ਤੁਸੀਂ ਸਵਾਲ ਕਰਦੇ। ਗੁਰੂ ਨਾਨਕ ਦੇਵ ਜੀ ਵੇਲੇ ਚਾਲਾਂ ਨਹੀਂ ਹੋਈਆਂ, ਉਹਨਾਂ ਦੋਨੇ ਪੁੱਤਰ ਵੱਖਰੇ ਹੋ ਗਏ ਸੀ, ਉਹ ਤਾਂ ਭਾਈ ਲਹਿਣਾ ਨੂੰ ਗੱਦੀ ਨਹੀਂ ਲੈਣ ਦੇਣਾ ਚਾਹੁੰਦੇ ਸੀ, ਭਾਈ ਲਹਿਣਾ ਦੇ ਦੋਨੇ ਪੁੱਤਰ ਨਹੀਂ ਹੋ ਗਏ ਸੀ। ਇਹ ਤਾਂ ਤੁਸੀਂ ਚਾਲਾਂ ਤਾਂ ਹੁੰਦੀਆਂ ਨਹੀਂ, ਪਿਰਥੀ ਨੇ ਆਪਦੀ ਪੈਦਲ ਬਾਣੀ ਸ਼ੁਰੂ ਕਰਾ ਦੀ, ਗੁਰੂ ਸਾਹਿਬ ਨੂੰ ਕਹਿਣਾ ਪਿਆ ਹੈ ਵੀ ਇਹ ਕੱਚੀ ਬਾਣੀ ਹੈ, ਤੁਸੀਂ ਸੱਚੀ ਬਾਣੀ ਦੇਣ ਲੱਗਣਾ। ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਹੀ ਤਾਂ ਹੋਇਆ, ਆਹ ਹੁਣ ਇਹਨਾਂ ਨੇ ਤਾਂ ਜਿਹੜੇ ਯੂਨੀਵਰਸਿਟੀ ਦੇ ਬੰਦੇ ਨੂੰ ਲਵਲੀ ਦੇ ਨੂੰ ਬਣਾਇਆ ਹੈ ਆਪਣਾ ਰਾਜ ਸਭਾ ਦਾ ਮੈਂਬਰ, ਉਹ ਲਵਲੀ ਯੂਨੀਵਰਸਿਟੀ ਮੈਂ ਇੱਕ ਕਿਤਾਬ 'ਚ ਉਹ ਦੇਖ ਰਿਹਾ ਸੀ, ਐਡਾ ਗੁਰੂ ਗ੍ਰੰਥ ਸਾਹਿਬ ਬਾਰੇ ਲਿਖਿਆ ਹੋਇਆ, ਉਹ ਇੰਨਾ ਗਲਤ ਲਿਖਿਆ, ਸ਼ਬਦ ਵੀ ਨਹੀਂ ਲਿਖਣੇ ਆਏ, ਔਰ ਟੋਟਲ ਗਲਤ ਲਿਖਿਆ, ਜੋ ਲਿਖਿਆ 4 ਲਾਈਨਾਂ। ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਹੈ, ਜਿਹਨੂੰ ਕਿਸੇ ਨੂੰ ਜਿਹੜਾ ਆਪਦੇ ਮਨ 'ਚ ਹੀ ਪਹਿਲਾਂ ਭ੍ਰਾਂਤੀ ਹੈ, ਉਹਨੂੰ ਸਿੱਖ ਇਤਿਹਾਸ ਆਉਂਦਾ ਹੀ ਨਹੀਂ,
ਉਹ ਸਿੱਖ ਇਤਿਹਾਸ ਗੁਰੂ ਗ੍ਰੰਥ ਸਾਹਿਬ ਦਾ ਉਹ ਕਦਰ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ, ਉਹਨੂੰ ਤਾਂ ਇਹ ਪਤਾ ਹੀ ਨਹੀਂ ਵੀ ਨਾਲ ਇਹਦੇ ਚ ਕਿੰਨਾ ਕਿੱਡਾ ਵੱਡਾ ਗਿਆਨ ਦਾ ਸਮੁੰਦਰ ਹੈ, ਉਹਨੂੰ ਨਹੀਂ ਪੁੱਛਿਆ ਇਸਨੇ, ਉਹਨੂੰ ਸਮਝ ਹੀ ਨਹੀਂ ਸਕਦਾ, ਉਹ ਤਾਂ ਕੁਛ ਵੀ ਕਹਿ ਸਕਦਾ। ਹੁਣ ਜਾਂ ਤਾਂ ਅਸੀਂ ਉਹਨੂੰ ਅਗਿਆਨੀ ਕਹਿ ਦਈਏ, ਜੇ ਅਗਿਆਨੀ ਹੈ ਫਿਰ ਉਹਨੂੰ ਮਾਫ਼ ਕਰ ਲਾਂਗੇ, ਜੇ ਜਾਣ ਬੁੱਝ ਕੇ ਕਰਦਾ ਫਿਰ ਅਸੀਂ ਕਹਾਂਗੇ ਆ ਜਾ ਫਿਰ ਦੋਹਾ ਲਵਾਂਗੇ। ਇਹ ਦੋਨੇ ਗੱਲਾਂ ਨੇ ਸਿੱਖੀ 'ਚ, ਵੀ ਜੇ ਅਗਿਆਨੀ ਹੈ ਤਾਂ ਮਾਫ਼ ਕਰਾਂਗੇ, ਜੇ ਬਦਮਾਸ਼ੀ ਕਰਦਾ ਫਿਰ ਅਸੀਂ ਕਹਾਂਗੇ ਆ ਜਾ। ਬਾਅਦ ਹੱਥਾਂ ਕਰਾ ਰਿਹਾ ਵੈਰੀ ਮਿੱਤ ਨਾ ਹੋ। ਸੋ ਇਸ ਕਰਕੇ ਆਪਾਂ ਨੂੰ ਇਹ, ਪਰ ਫਿਰ ਵੀ ਅਸੀਂ ਨਾ ਕੋ ਬੈਰੀ ਨਾ ਹੈ ਬਗਾਨ ਨਾਲ ਇੱਥੇ ਚੱਲਣਾ, ਅਤੇ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਸੰਗਤ ਅਤੇ ਪੰਗਤ ਦੇ ਸੂਰ 'ਤੇ ਚੱਲਣਾ। ਪਰ ਜਿਵੇਂ ਉਹ ਬੀਬੀ ਆਈ ਹੈ, ਮੈਂ ਆਪਦੀ ਗੱਲ ਇੱਥੇ ਸਮੇਟਦਾ, ਤੁਸੀਂ ਆਪਦਾ ਸਵਾਲ ਕਰ ਲਿਓ, ਜਿਵੇਂ ਉਹ ਬੀਬੀ ਆਈ ਹੈ, ਜਿਵੇਂ ਉਹਨੇ ਯੋਗਾ ਕਰਿਆ, ਹੁਣ ਜੋ ਮਰਜ਼ੀ ਬਹਾਨਾ ਲਾਵੇ, ਜਿਵੇਂ ਇੱਕ ਪਹਿਲਾਂ ਵੀ ਆਈ ਸੀ ਜਿਹਨੇ ਗਲਤ ਬਣਾਇਆ ਸੀ ਟੈਟੂ ਜਾਂ ਮਾਰਕ, ਉਹਨੇ ਵੀ ਇੱਦਾਂ ਹੀ ਵੀਡੀਓ ਪਾਈ ਸੀ, ਇਹ ਸਿੱਖ ਧਰਮ 'ਤੇ ਹਮਲਾ। ਪਹਿਲਾਂ ਇਹਨਾਂ ਨੇ ਇਸ ਤਰ੍ਹਾਂ ਦੇ ਹਮਲੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਕਿਸੇ ਵਿਅਕਤੀ ਨੇ ਕਰਨ ਦੀ ਹਿੰਮਤ ਕਰੀ ਸੀ, ਇਹ ਤੀਜਾ ਚੌਥਾ ਹਮਲਾ ਹੋ ਚੁੱਕਿਆ। ਇੱਕ ਨੇ ਜੰਗਲਾ ਟੱਪ ਕੇ ਅੰਦਰ ਛਾਲ ਮਾਰ ਕੇ ਬੇਅਦਬੀ ਕਰੀ, ਦੂਜੇ ਨੇ ਟੈਟੋਆਂ ਦੇ ਨਾਂ 'ਤੇ ਬੇਅਦਬੀ ਕਰੀ, ਹੁਣ ਆ ਤੀਜੀ ਆ ਗਈ, ਇਹ ਹੁਣ ਹੋਰ ਵਧਣ ਦੀਆਂ। ਪਰ ਇਹਦੇ ਵਿੱਚ ਕਿਤੇ ਅੰਦਰਲੇ ਵੀ ਲੜੇ ਹੋਏ ਨੇ, ਬਾਹਰਲੇ ਵੀ ਲੜੇ ਹੋਏ ਨੇ, ਇਹ ਸਾਨੂੰ ਸੁਚੇਤ ਹੋਣਾ। ਬਿਲਕੁਲ, ਜਦੋਂ ਮੈਂ ਡਾਕਟਰ ਸਾਹਿਬ ਇਸੇ ਸੰਦਰਭ ਜਦੋਂ ਮੈਂ SYL ਦਾ ਸਵਾਲ ਕੀਤਾ ਸੀ ਨਾ, ਮੈਂ ਸੋਚ ਰਿਹਾ ਸੀਗਾ ਕਿ ਇੱਥੇ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਵਾਲਾ ਜਾਂ ਕੁਰਬਾਨੀ ਦੇਣ ਵਾਲਾ ਜਾਂ ਲੜਨ ਮਰਨ, ਉਹ ਜਿਵੇਂ ਜੇਲਾਂ ਭਰਨ ਵਾਲੀਆਂ ਗੱਲਾਂ ਹੁੰਦੀਆਂ ਸੀ, ਮੋਰਚੇ ਲੱਗਦੇ ਹੁੰਦੇ ਸੀਗੇ, ਉਹ ਕੁਝ ਨਜ਼ਰ ਨਹੀਂ ਆਉਂਦਾ। ਭਗਵੰਤ ਮਾਨ ਸਾਹਿਬ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ, ਜਲੰਧਰ ਦੀ ਉਪ ਚੋਣ ਹੈ, ਪ੍ਰਚਾਰ ਤੇ ਜ਼ੋਰ ਲੱਗਿਆ ਹੋਇਆ, ਉਹ ਕਹਿ ਰਹੇ ਨੇ ਕਿ ਮਿੱਟੀ ਦੇ ਮਾਧੋ ਨਾ ਜਿਤਾ ਕੇ ਭੇਜਿਆ ਕਰੋ, ਇਹੋ ਜਿਹੇ ਬੰਦੇ ਭੇਜਿਆ ਕਰੋ ਜਿਹੜੇ ਬੋਲਣ ਵਾਲੇ ਹੋਣ। ਪਰ SYL ਤੇ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਜਦੋਂ ਸਾਹਮਣੇ ਆਉਂਦਾ ਤਾਂ ਕਿਸੇ ਦਾ ਵੀ ਬਿਆਨ ਮੈਨੂੰ ਨਜ਼ਰ ਨਹੀਂ ਆਇਆ, ਆਮ ਆਦਮੀ ਪਾਰਟੀ 'ਚ ਨਾ ਮੁੱਖ ਮੰਤਰੀ ਸਾਹਿਬ ਦਾ, ਨਾ ਰਾਘਵ ਚੱਡਾ ਹੋਰਾਂ ਦਾ, ਨਾ ਉਹਨਾਂ ਦੇ ਜਿਹੜੇ ਨਵੇਂ MP ਜਿੱਤੇ ਨੇ ਉਹਨਾਂ ਦਾ ਕਿਸੇ ਦਾ। ਮੈਂ ਮਾਲਵਿੰਦਰ ਕੰਗ ਹੋਣਾ ਦਾ ਵੀ ਸੋਸ਼ਲ ਮੀਡੀਆ ਚੈੱਕ ਕਰ ਰਿਹਾ ਸੀਗਾ, ਧਿਆਨ ਸਾਰਿਆਂ ਤੇ ਸੀਗਾ, ਸੁਖਬੀਰ ਬਾਦਲ ਹੋਰਾਂ ਨੇ ਕੋਈ ਬਿਆਨ ਦਿੱਤਾ ਕਿ ਨਹੀਂ, ਅਕਾਲੀ ਦਲ 'ਚੋਂ ਕੋਈ ਨਜ਼ਰ ਨਹੀਂ ਆਇਆ। ਜੇ ਮੈਂ BJP ਵਾਲੇ ਪਾਸੇ ਤੱਕਦਾ ਤਾਂ ਉੱਧਰ ਤਾਂ BJP ਦੀ ਸਰਕਾਰ ਹੈਗੀ, ਇੱਧਰ ਪੰਜਾਬ 'ਚ ਕਿੰਨੇ ਸੁਨੀਲ ਜਾਖੜ ਹੋਰਾਂ ਨੇ, ਉਹ ਕਿਵੇਂ ਇਸ ਗੱਲ ਨੂੰ ਕਹਿਣਗੇ ਕਿ ਅਸੀਂ ਇਹ ਗੱਲ ਦਾ ਮਤਲਬ ਕਿ ਹਾਂ ਵੀ ਨਹੀਂ ਭਰਦੇ। ਕਾਂਗਰਸ ਵਾਲਿਆਂ ਨੂੰ ਝਾਤ ਮਾਰ ਲਓ ਤਾਂ ਉੱਧਰ ਭੁਪਿੰਦਰ ਹੁੱਡਾ ਬੈਠੇ ਨੇ, ਇੱਧਰੋਂ ਰਾਜਾ ਵੜਿੰਗ ਨਵੇਂ ਨਵੇਂ ਜਿੱਤ ਕੇ ਗਏ ਨੇ, ਇਹਨਾਂ ਦੇ ਵੀ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹੀ ਗੱਲ ਨਹੀਂ ਕਿ ਇਹ ਕਿਵੇਂ ਬੋਲ ਗਏ। ਜਿਵੇਂ ਮਨੀਸ਼ ਤਿਵਾੜੀ ਨੇ ਉੱਧਰ ਚੰਡੀਗੜ੍ਹ 'ਚ ਜਿਹੜਾ ਸੂਬਾ ਬਣਾਉਣ ਦੀ ਗੱਲ ਕਰ ਦਿੱਤੀ ਸੀਗੀ, ਸਾਰੀਆਂ ਪਾਰਟੀਆਂ ਤੇ ਓਵਰਆਲ ਜੇ ਮੈਂ ਨਜ਼ਰ ਮਾਰ ਲਾਂ ਤਾਂ ਕੋਈ ਵੀ ਪੰਜਾਬ ਦੇ ਹੱਕ 'ਚ ਨਿੱਤਰਦਾ ਨਜ਼ਰ ਨਹੀਂ ਆਉਂਦਾ। ਇੰਨੀ ਵੱਡੀ ਸਟੇਟਮੈਂਟ ਜੇ ਹਰਿਆਣੇ ਦੇ ਮੁੱਖ ਮੰਤਰੀ ਦੇ ਦਿੰਦੇ ਨੇ, ਦਿੱਲੀ ਵੱਲ ਵੇਖ ਲਓ, ਉੱਧਰ ਕੇਜਰੀਵਾਲ ਸਾਹਿਬ ਦੀ ਸਰਕਾਰ ਹੈ, ਉੱਥੋਂ ਵੀ ਕੋਈ ਇਹੋ ਜਿਹੀ ਗੱਲ ਨਹੀਂ ਆਈ ਕਿ ਜੀ SYL ਦਾ ਤਾਂ ਰੌਲਾ ਹੀ ਨਹੀਂ। ਇਹ ਤੇ ਹਰਿਆਣੇ ਤੇ ਦਿੱਲੀ ਦੇ ਵਿਚਾਲੇ ਪੰਜਾਬ ਦੀ ਵੰਡ ਦੀ ਗੱਲ ਆ, ਪਾਣੀ ਦੀ ਵੰਡ ਦੀ ਗੱਲ ਆ, ਤਾਂ ਉਹ ਉੱਥੇ ਉਸ ਪੱਧਰ ਤੇ ਕਿਉਂ ਨਹੀਂ ਨਿਬੜਦੀ ਜੋ ਕਾਨੂੰਨ ਕਹਿੰਦਾ ਆ। ਜੇ ਪੰਜਾਬ ਦੇ ਨਾਲ ਨਿਬੜਨਾ SYL ਨੂੰ ਲੈ ਕੇ ਤਾਂ ਵੀ ਰਪੇਰੀਅਨ ਦੇ ਮੁਤਾਬਕ ਗੱਲ ਕਰੋ, ਜਾਂ ਜਿਸ ਵੀ ਢੰਗ ਨਾਲ ਇਹ ਸੁਪਰੀਮ ਕੋਰਟ ਦਾ ਉਹਨਾਂ ਰੱਖ ਕੇ ਉਸ ਗੱਲ ਨੂੰ ਅੱਗੇ ਵਧਾ ਰਹੇ ਨੇ, ਇਹਦਾ ਕੀ ਮਤਲਬ ਸਮਝਿਆ ਜਾਵੇ? ਕਿਉਂਕਿ ਮੈਨੂੰ ਤਾਂ ਇਹਨਾਂ ਚੋਂ ਕੋਈ ਵੀ ਪਾਰਟੀ ਇਹੋ ਜਿਹੀ ਨਜ਼ਰ ਨਹੀਂ ਆਉਂਦੀ ਜਿਹੜੀ ਪੰਜਾਬ ਦੇ SYL ਦੇ ਮੁੱਦੇ ਤੇ ਜਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਕੋਈ ਸਟੈਂਡ ਲੈਂਦੀ ਨਜ਼ਰ ਆਵੇ, ਜਿਹਦੇ ਵਿੱਚੋਂ ਉਹਨਾਂ ਦੇ ਅਸੂਲ ਸਿਧਾਂਤ ਜਾਂ ਕੁਰਬਾਨੀ ਜਾਂ ਕੁਝ ਇਹੋ ਜਿਹਾ ਨਜ਼ਰ ਆਵੇ, ਜਿਹਦੇ ਵਿੱਚੋਂ ਇਹ ਹੋਵੇ ਕਿ ਉਹਨਾਂ ਨੂੰ ਕੁਰਸੀ ਪਿਆਰੀ ਨਹੀਂ, ਉਹਨਾਂ ਨੂੰ ਪੰਜਾਬ ਪਿਆਰਾ, ਉਹਨਾਂ ਨੂੰ ਮੁੱਦੇ ਪਿਆਰੇ ਨੇ ਪੰਜਾਬ ਦੇ ਜਿਹਨਾਂ ਦਾ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ। ਠੀਕ ਹੈ, ਤੁਸੀਂ ਭਗਵੰਤ ਮਾਨ ਜੀ ਦੀ ਤੁਸੀਂ ਗੱਲ ਕਰੀ ਹੈ, ਭਗਵੰਤ ਮਾਨ ਕਹਿੰਦੇ ਵੀ ਮਿੱਟੀ ਦੇ ਮਾਧੋ ਨਾਲ ਜਿਤਾ ਕੇ ਭੇਜ ਦਿਓ। ਰਾਜ ਸਭਾ ਦੇ ਤਾਂ ਸਾਰੇ ਲੋਕਾਂ ਤੋਂ ਵੀ ਵੋਟ ਨਹੀਂ ਲੈਣੀ ਸੀ, ਇਹਨਾਂ ਦੇ MLA ਨਹੀਂ ਪਾਉਣੀ ਸੀ, ਕੋਈ ਰਾਜ ਸਭਾ ਦਾ ਮੈਂਬਰ ਕਦੇ ਬੋਲਿਆ? ਇਹ ਦੱਸ ਦਿਨ ਈਵਨ ਇਹਨਾਂ ਦਾ ਕੇਜਰੀਵਾਲ ਦਾ ਰਿਸ਼ਤਾ ਉਦੋਂ ਬੋਲਿਆ ਹੋਵੇ ਡਰਦਾ, ਇਹ ਤਾਂ ਧਰਨੇ ਮਾਰਦੇ ਰਹੇ ਜਾ ਕੇ। ਜੋ ਮਿੱਟੀ ਦੇ ਮਾਧੋ ਨੇ ਉਹ ਕੀ ਨੇ ਫਿਰ, ਕਿਹੜੀ ਗੱਲ 'ਤੇ ਬੋਲੇ ਨੇ ਉਹ ਪੰਜਾਬ ਦੀ 'ਤੇ? ਤਾਂ ਸਿਆਣੇ ਨੇ, ਰਾਜ ਸਭਾ ਨੂੰ ਅਪਰ ਹਾਊਸ ਕਿਹਾ ਜਾਂਦਾ, ਉੱਥੇ ਗੱਲ ਕਰ ਸਕਦੇ ਸੀ। ਸੋ ਮਿੱਟੀ ਦੇ ਮਾਧੋ ਕਹਿਣਾ ਨਾ ਕਹਿਣਾ ਬੜਾ ਸੌਖਾ ਹੈ।
ਰਾਜ ਸਭਾ ਚ ਇੱਕੋ ਹੀ ਬੰਦਾ ਇਹਨਾਂ ਦਾ ਬੋਲਦਾ ਜਿਹੜਾ ਡਟ ਕੇ ਬੋਲਦਾ, ਉਹ ਹੈ ਸੰਜੇ ਸਿੰਘ। ਔਰ ਸੰਜੇ ਸਿੰਘ ਦੀ ਬਰਾਬਰੀ ਜਿਹੜੀ ਆ ਉਹ ਮੂਹ ਮਿੱਤਰਾ ਤੇ ਇੱਕ ਹੈ ਸੱਚਾ, ਉਹ ਇਹ ਤਿੰਨ ਨੇ ਜਿਹੜੇ ਐਂ ਡਟ ਕੇ ਗੱਲ ਕਰਦੇ ਨੇ, ਬੜੇ ਇੱਜ਼ਤ ਮਾਨ ਨਾਲ ਕਰਦੇ ਨੇ, ਬੜੇ ਵਧੀਆ ਕਰਦੇ ਨੇ, ਮੈਂ ਤਾਂ ਕੋਈ ਹੋਰ ਦੇਖਿਆ ਨਹੀਂ ਇਹਨਾਂ 'ਚ। ਸੋ ਭਗਵੰਤ ਮਾਨ ਦਾ ਤਾਂ ਐਵੇਂ ਨਹੀਂ ਜੀ, ਮਿੱਟੀ ਦੇ ਮਾਧੋ ਨਾਲ ਦਿੱਤਾ ਗਿਆ। ਇੱਥੇ ਜਿਹੜੇ ਮਨ ਨੇ 90 ਰਹਿ ਗਏ ਹੋਣਾ, ਉਹ ਕਿੰਨੇ ਕੁ ਉਹ ਨੇ, ਇਹਨੂੰ ਪਤਾ ਹੀ ਆ ਭਗਵੰਤ ਮਾਨ ਨੂੰ ਕਿੰਨਾ ਕੁ ਸਵਾਲ ਦਾ। ਉਹ ਜਿਹਦੇ ਉੱਤੇ ਬੀਜੇਪੀ ਵਾਲੇ ਆਏ ਥਪ ਥਪਾਈ ਜਾਂਦੇ ਨੇ, ਇੱਥੇ ਇਹ ਥਪ ਥਪਾਈ ਜਾਂਦੇ ਨੇ। ਸੋ ਭਗਵੰਤ ਮਾਨ ਦੀ ਪਾਰਟੀ ਦਾ ਵੀ ਸਟੈਂਡ ਆਪਦੇ ਲੈਵਲ 'ਤੇ ਜੋ ਮਰਜ਼ੀ ਕਹੇ ਉਸ ਤਰੀਕੇ ਦਾ ਨਹੀਂ ਰਹਿ ਸਕਦਾ। ਇਹ ਗੱਲ ਠੀਕ ਹੈ ਕਿ ਦਿੱਲੀ ਨੂੰ ਪਾਣੀ ਨਹੀਂ ਮਿਲਿਆ, ਤੁਸੀਂ ਦਿੱਲੀ ਦੇ ਪਾਣੀ ਦੀ ਗੱਲ ਕਰੋ, ਤੁਸੀਂ ਪੰਜਾਬ ਦੇ ਨਾਲ ਜਿਹੜਾ ਮੁੱਦਾ ਉਹ ਵੱਖਰਾ ਹੈ, ਇਹਨਾਂ ਦੋਹਾਂ ਦਾ ਆਪਸੀ ਤਾਂ ਕੋਈ ਨਹੀਂ ਕਹੇ ਨਹੀਂ। ਤੁਸੀਂ ਜਾਣ ਬੁੱਝ ਕੇ ਲਿਆ ਰਹੇ ਹੋ ਇਸ ਨੂੰ, ਕਿਉਂਕਿ ਉੱਥੇ ਚੋਣਾਂ ਹੋਣੀਆਂ ਨੇ ਹਰਿਆਣੇ 'ਚ। ਵੱਡੀ ਗੱਲ ਤਾਂ ਇਹ ਹੈ ਉਹ ਹਰਿਆਣੇ ਚੋਣਾਂ ਹੋਣ ਵਾਸਤੇ ਉਹਨਾਂ ਦੀ ਕਾਂਗਰਸ ਵੀ ਇਹੀ ਦੌੜ 'ਚ ਲੱਗੂਗੀ, ਜਿਵੇਂ ਇੱਥੇ ਵਾਲੇ ਕਹਿੰਦੇ ਨੇ, ਇੱਥੇ ਵਾਲੇ ਕਹਿੰਗੇ ਅਸੀਂ ਇੱਕ ਟਿੱਪ ਪਾਣੀ ਦੀ ਨਹੀਂ ਜਾਣ ਦੇਣੀ, ਕਿਸੇ ਤੋਂ ਕਹਾ ਕੇ ਦਿਖਾ ਦਿਓ ਵੀ ਹਾਂ ਅਸੀਂ ਪਾਣੀ ਦਿਆਂਗੇ। ਪਰ ਇਹ ਕੋਈ ਨਹੀਂ ਦੱਸਦਾ ਵੀ ਹੱਕ ਕਿਹਦਾ, ਹੱਕ ਦੀ ਗੱਲ ਨਹੀਂ ਕਰਦੇ। ਜਿਹੜਾ 1116 ਨੂੰ ਕਾਨੂੰਨ ਬਣਿਆ, ਕਾਨੂੰਨ ਦੇ ਉੱਤੇ ਜਿਹੜੀ ਹੇਰਾਫੇਰੀ ਹੋਈ, ਜੋ ਕੁਛ ਲਿਖਿਆ ਗਿਆ ਕਾਨੂੰਨ ਦੇ ਵਿੱਚ, ਉਹ ਲਿਖਿਆ ਤਾਂ ਆਰਐਸਐਸ ਦੇ ਕਾਰਨ ਗਿਆ ਵੀ ਆਏ ਨਹੀਂ ਆਏ ਲਿਖਣਾ, ਉਹ ਜੱਗੋ ਤੇਲਵੀਂ ਹੋਈ ਹੋਈ ਹੈ, ਉਹਦੇ 'ਚ ਆਪ ਬੋਲੀ ਹੈ, ਅਕਾਲੀ ਬੋਲਦੇ ਨੇ, ਕਾਂਗਰਸੀ ਬੋਲਦੇ ਨੇ, ਬੀਜੇਪੀ ਨੇ ਤਾਂ ਬੋਲਣਾ ਹੀ ਕੀ ਹੈ, ਉਹਨੇ ਤਾਂ ਆਪ ਹੀ ਕਰਾਇਆ। ਸੋ ਇਸ ਕਰਕੇ ਇਹ ਕਹਿਣਾ ਬੜਾ ਸੌਖਾ ਹੈ, ਪੰਜਾਬ ਦੇ ਹਿੱਤਾਂ ਦੀ ਕੋਈ ਵੀ ਨਹੀਂ, ਆਹ ਗਰਮ ਦਲ ਵਾਲੇ ਵੀ ਨਹੀਂ ਕਰ ਸਕਣਗੇ, ਲੋਕਾਂ ਨੂੰ ਰਲਾ ਸਕਣਗੇ ਵੈਸੇ, ਕਿਉਂਕਿ ਹਿੱਤਾਂ ਦੀ ਗੱਲ ਕਰਨ ਵਾਸਤੇ ਤੁਹਾਨੂੰ ਲੋਕਾਂ ਨੂੰ ਨਾਲ ਲੈਣਾ ਪੈਂਦਾ। ਗੀਤਾ ਦੇ ਵਿੱਚ ਕ੍ਰਿਸ਼ਨ ਜੀ ਅਰਜਨ ਨੂੰ ਉਪਦੇਸ਼ ਦਿੰਦੇ ਨੇ, ਜਦ ਉਹ ਇਹ ਕਹਿੰਦੇ ਨੇ ਵੀ ਅਰਜਨ ਤੇਰੇ ਹੱਕਾਂ 'ਤੇ ਡਾਕਾ ਮਾਰਿਆ, ਔਰ ਡਾਕਾ ਵੀ ਛਕਣੀ ਪਾਸੇ ਨਾਲ ਮਾਰਿਆ, ਤੂੰ ਲੜ, ਤੂੰ ਯੋਧਾ, ਤੇਰਾ ਕੰਮ ਹੈ ਲੜਨਾ ਆਪਣੇ ਹੱਕ ਵਾਸਤੇ। ਪੰਜਾਬ ਦੀਆਂ ਪਾਰਟੀਆਂ ਕਿੱਥੇ ਲੜਦੀਆਂ, ਉਹ ਤਾਂ ਆਪਦੇ ਨਿੱਜੀ ਹੱਕ ਵਾਸਤੇ ਲੜਦੀਆਂ ਨੇ। ਉਹ ਸਟੇਟ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹੱਕ ਵਾਸਤੇ ਦੱਸ ਦਿਓ ਕਿਹੜੀ ਪਾਰਟੀ ਲੜਦੀ ਹੈ। ਹਾਂ ਮੇਰੀ ਤਾਕਤ ਰਹੀ, ਮੈਂ ਜਿੱਤ ਜਾ, ਮੈਂ ਤਾਕਤ ਬਣਦਾ, ਮੈਂ ਮਿਨਿਸਟਰ ਬਣ ਜਾ, ਇਸ ਕਰਕੇ ਨਾ ਤਾਂ ਦੰਤ ਇਕੱਠੀ ਕਰਨਾ। ਇੱਕ ਗੱਲ ਇਹ ਦੱਸ ਦੇਣਾ, ਆਹ ਨੀਟ ਹੋਇਆ, ਨੀਟ 'ਚ ਇੰਨਾ ਰੌਲਾ ਪਿਆ, ਪੰਜਾਬ ਦੇ ਬੱਚੇ ਨਹੀਂ ਨੀਟ 'ਚ ਵੀ ਹੋਏ, ਪੰਜਾਬ ਦੇ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ, ਬੋਲੀ ਪਾਰਟੀਆਂ ਇਹ। ਫਿਰ ਨੈਟ ਉਹ ਕੈਂਸਲ ਹੋਇਆ, ਉਹਦੇ 'ਚ ਵੀ ਪੰਜਾਬ ਦੇ ਬੱਚੇ ਇਹ ਬੋਲਦੇ ਵੀ ਐਡਾ ਵੱਡਾ ਘਪਲਾ ਹੋ ਗਿਆ, 23 ਲੱਖ ਬੱਚਾ ਤਾਂ ਉਹਦੇ 'ਚ ਅਪੀਅਰ ਹੋਇਆ ਸੀ, 23 ਲੱਖ ਬੱਚਾ ਅਪੀਅਰ ਹੋਣ ਦਾ ਮਤਲਬ ਹੈ ਹਰ 560 ਜਿਹੜੇ ਵਿਅਕਤੀ ਨੇ ਭਾਰਤ 'ਚ ਉਹਨਾਂ 'ਚੋਂ ਇੱਕ। ਇਹ ਬੋਲੀ ਜੀ ਕਿਹੜੀ ਪਾਰਟੀ ਬੋਲੀ ਹੈ, ਅਜੇ ਬਾਕੀ ਸੂਬਿਆਂ 'ਚੋਂ ਹੋਰ ਤੋਂ ਆ ਰਿਹਾ, ਉਰੇ ਤਾਂ ਇਹਨਾਂ ਦੇ ਸਟੂਡੈਂਟ ਵਿੰਗ ਵੀ ਨਹੀਂ ਬੋਲੇ, ਹੋਰ ਤਾਂ ਹੋਰ ਹੀ ਗਲਤ ਲੱਗੇ ਹੋਏ ਨੇ। ਇਸੇ ਤਰ੍ਹਾਂ ਹੀ ਜਿਹੜੇ ਇਹ ਪਾਰਟੀਆਂ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਵਾਲੇ ਆਪਦੀ ਕਰਨਗੇ, ਇੱਥੇ ਵਾਲੇ ਆਪਦੀ। ਗੱਲ ਇਹ ਹੋਣੀ ਚਾਹੀਦੀ ਹੈ ਕਿ ਅਸੂਲਾਂ ਦੇ ਆਧਾਰ 'ਤੇ ਪਾਣੀ ਦੀ ਵੰਡ ਹੋਣੀ ਚਾਹੀਦੀ ਹੈ, ਅਸੂਲਾਂ ਦੇ ਆਧਾਰ 'ਤੇ ਜਿਵੇਂ ਬਾਕੀ ਸੂਬਿਆਂ ਦਾ ਪੁਨਰਗਠਨ ਹੋਇਆ, ਸਾਡੇ ਪੁਨਰਗਠਨ ਦੀ ਗੱਲ ਕਰੋ। ਹੁਣ ਤਿਵਾੜੀ ਨੇ ਕਿਉਂ ਕਿਹਾ, ਕਿਉਂਕਿ ਉਹਦਾ ਲਾਲਚ ਸੀ ਵੀ ਮੈਂ ਚੰਡੀਗੜ੍ਹ ਦੀਆਂ ਵੋਟਾਂ ਲੈਣੀਆਂ ਨੇ, ਸਾਡੇ 4.5 ਲੱਖ 4.5 ਲੱਖ ਵੋਟ ਹੈ ਵੀ ਆਪਾਂ ਇਹਨਾਂ ਨੂੰ ਇਹ ਕਹਿ ਦਿਓ ਵੀ ਇਹਨੂੰ ਉਹ ਬਣਾਓ, ਆਪਣਾ ਸਟੇਟ ਬਣਾਓ ਇੱਕ ਕਿਸਮ ਦੀ, ਠੀਕ ਹੈ। ਅਤੇ ਜੇ ਇਹਨੂੰ ਯੂਨੀਅਨ ਟੈਰੀਟਰੀ ਸਟੇਟ ਬਣਾਉਣੀ ਹੈ ਦਿੱਲੀ ਦੀ ਤਰ੍ਹਾਂ, ਤਾਂ ਫਿਰ 44 ਪੰਜਾਬ ਦਾ, 44 ਨੂੰ ਕੀ ਹੱਕ ਸੀ ਇਹ ਕਹਿਣ ਦਾ। ਇੱਥੋਂ ਦੀ ਕਾਂਗਰਸ ਨੇ ਕਿਉਂ ਨਹੀਂ ਉਹਨੂੰ ਕਾਊਂਟਰ ਕਰਿਆ, ਬੋਲਦੀ ਹੈ ਕਾਂਗਰਸ, ਕਾਂਗਰਸ ਨੇ ਆਪਦੇ ਅੰਦਰ ਜਾ ਕੇ ਕਿਹਾ ਕਿ ਜੀ ਇਹੋ ਜਿਹੀ ਗੱਲ ਨਾ ਕਹੋ ਇਹ ਤੋਂ।
ਦੀਵਾਲੀ ਕੱਲ੍ਹ ਨੂੰ ਦੀਵਾਲੀ ਦਾ ਕੀ ਹੈ, ਦੂਜੇ ਪਾਸੇ ਕਿਉਂ ਨਹੀਂ ਜਾ ਸਕਦੇ, ਕਿਉਂਕਿ ਦੀਵਾਲੀ ਗੱਲਾਂ ਹੀ ਇਹੋ ਜਿਹੀਆਂ ਕਰਦਾ, ਜਦ ਪਹਿਲਾਂ ਇੱਥੇ ਰੌਲਾ ਪਿਆ ਸੀ ਕਸ਼ਮੀਰ ਵਾਲਾ, ਉਦੋਂ ਵੀ ਇਹਨੇ ਤਾਂ ਕਹਿਤਾ ਸੀ ਸਾਡੇ ਬਾਰੇ, ਕਹਿੰਦੇ ਇਹਨਾਂ ਨੂੰ ਤਾਂ ਪਾਕਿਸਤਾਨ ਭੇਜ ਦੇਣਾ ਚਾਹੀਦਾ। ਦੀਵਾਲੀ ਤਾਂ ਹੈ ਹੀ ਉਹੀ ਜਿਹੇ ਮਾਨਸਿਕਤਾ ਦਾ ਵੀ, ਜਿਹੜਾ ਬੰਦਾ ਵੀ ਅੰਧ ਰਾਸ਼ਟਰਵਾਦ ਦੀ ਗੱਲ ਨਹੀਂ ਕਰਦਾ ਉਹ ਬੰਦੇ ਨੂੰ ਪਾਕਿਸਤਾਨ ਭੇਜ ਦਿਓ, ਇਹ ਦੀਵਾਲੀ ਨੇ ਕਿਹਾ ਸੀ। ਮੈਨੂੰ ਕਿਸੇ ਨੇ ਪੁੱਛਿਆ ਚੈਨਲ ਵਾਲੇ ਨੇ ਵੀ ਦੀਵਾਲੀ ਸਾਹਿਬ ਇਹ ਕਹਿੰਦੇ ਨੇ, ਮੈਂ ਕਿਹਾ ਜੇ ਦੀਵਾਲੀ ਸਾਹਿਬ ਦੀ ਗੱਲ ਮੰਨੀ ਹੋਵੇ ਤਾਂ ਫਿਰ ਸਾਰੇ ਕਾਂਗਰਸੀਆਂ ਨੂੰ ਪਾਕਿਸਤਾਨ ਜਾਣਾ ਪਊ, ਉਹਨਾਂ ਨੇ ਜੋ ਅਸੀਂ ਕਹਿੰਦੇ ਹਾਂ ਇਹ ਗੱਲਾਂ ਉਹਨਾਂ ਨੇ ਕਈ ਜਗ੍ਹਾ 'ਤੇ ਕਹੀਆਂ ਹੋਈਆਂ ਨੇ। ਸੋ ਇਹੋ ਜਿਹੀ ਗੱਲ ਨਹੀਂ ਹੈ, ਇਹਨਾਂ ਨੂੰ ਆਪਦੀ ਤਾਕਤ ਨਾਲ ਪਿਆਰ ਹੈ, ਇਹਨਾਂ ਨੂੰ ਸੱਚੀ ਮੁੱਚੀ, ਮੈਂ ਕੋਈ ਮੈਨੂੰ ਲੱਭੇ ਤਾਂ ਸਹੀ ਨਾ, ਵੀ ਜਿਹੜੇ ਤਾਕਤ ਨੂੰ ਛੱਡਣ ਨੂੰ ਤਿਆਰ ਹੋਣ ਵੀ ਚੱਲ ਮੈਨੂੰ ਮਿਲੇ ਨਾ ਮਿਲੇ ਮੈਂ ਐਜੀਟੇਟ ਕਰਾਂਗਾ ਜੇ ਨਾ ਹੋਵੇ, ਖੁੱਲ੍ਹਾ ਰਹਿ ਜਾਂਦਾ, ਇਹ ਹੈਗੇ ਨੇ। ਇਹ ਤਾਂ ਬੋਲਣ ਨੂੰ ਤਿਆਰ ਨਹੀਂ, ਤੁਸੀਂ ਐਜੀਟੇਟ ਦੀ ਗੱਲ ਛੱਡੋ, ਕੀ ਇਹ ਕਦੇ ਬੋਲਦੇ ਨੇ? ਅੱਗ ਲਾਉਣ ਤੋਂ ਸਿਵਾਏ ਕਦੇ ਬੋਲੇ ਨੇ? ਪੰਜਾਬ ਦੇ ਮੁੱਦਿਆਂ ਦੇ ਉੱਤੇ ਡਟ ਕੇ ਗੱਲ ਐਨ ਕਰੀ ਹੋਵੇ, ਇੱਕ ਪ੍ਰਗਟ ਸਿੰਘ ਨੇ ਸੈਮੀਨਾਰ ਕਰਾਇਆ ਸੀ, ਐਨ ਡਟ ਕੇ ਗੱਲ ਕਰਾਈ ਸੀ, ਔਰ ਆਪ ਉਹ ਬਹੁਤਾ ਬੋਲਿਆ ਨਹੀਂ, ਉਹਦੇ ਛਵਾਂ ਲੋਕਾਂ ਤੋਂ ਬੁਲਵਾਇਆ ਉਹਨੇ ਸਾਰਾ, ਔਰ ਉਹ ਸੈਮੀਨਾਰ ਦੀ ਵੱਡੇ ਵੱਡੇ ਹੋਈ ਸੀ। ਹੈਗੇ ਨੇ ਬੰਦੇ, ਆਏ ਨਹੀਂ ਹੈਗੇ ਵੀ ਬੰਦੇ ਨਹੀਂ ਹੈਗੇ, ਪਰ ਉਹ ਇਕੱਠੇ ਨਹੀਂ ਹੁੰਦੇ, ਉਹ ਆਪਦੇ ਆਪਦੀ ਢਾਂਚਾ ਖਿਚੜੀ ਪਕਾਉਂਦੇ ਨੇ। ਬੀਜੇਪੀ ਨੂੰ ਚਾਹੀਦਾ ਹੀ ਹੈ ਵੀ ਜਿਹੜੇ ਬੰਦੇ ਸਿਆਣੇ ਨੇ ਉਹ ਇਕੱਠੇ ਨਾ ਹੋਣ, ਤੇ ਬਾਕੀ ਵੀ ਜਿਹੜਾ ਲਾਲਾ ਲਾਲਾ ਕਰਨ ਵਾਲੇ ਨੇ ਉਹ ਲਾਲਾ ਲਾਲਾ ਕਰਕੇ ਬਸ ਐਂ ਕਰ ਦੋ, ਲਾਲਾ ਲਾਲਾ ਹੋ ਜਾਓ ਹੋ ਜਾਓ ਹੋ ਜਾਓ, ਹੋ ਗਿਆ ਹੋ ਗਿਆ ਹੋ ਗਿਆ। ਹਰਿਆਣੇ ਦੇ ਵਿੱਚ 10 ਸਾਲ ਹੋ ਗਏ ਬੀਜੇਪੀ ਦੀ ਸਰਕਾਰ, ਹਰਿਆਣੇ ਨੇ ਕੀ ਕਰ ਲਿਆ? ਪੰਜਾਬ ਨਾਲ ਮਸਲਾ ਹੱਲ ਕਰ ਲਿਆ, ਚਲੋ ਕੇਂਦਰ 'ਚ ਵੀ ਬੀਜੇਪੀ ਦੀ ਸਰਕਾਰ ਸੀ, ਹਰਿਆਣੇ 'ਚ ਵੀ ਬੀਜੇਪੀ ਦੀ ਸੀ, ਫਿਰ ਮਸਲਾ ਹੱਲ ਕਰ ਲੈਂਦੇ ਨਾ? ਇਹ ਕਿਹਨੇ ਹੱਲ? ਜੇ ਆਪਾਂ ਮੰਨ ਲਓ ਵੀ ਭੁਪਿੰਦਰ ਸਿੰਘ ਹੁੱਡਾ ਕਹਿੰਦੇ ਨੇ, ਅੱਜ ਉਹਨਾਂ ਦੇ ਚੀਫ ਮਿਨਿਸਟਰ ਕਹਿ ਰਹੇ ਨੇ, ਆਪਾਂ ਮੰਨ ਲਿਆ, ਖੱਟਰ ਸਾਹਿਬ ਵੀ ਕਹਿ ਦੇਣਗੇ ਪੁਰਾਣੇ ਚੀਫ ਮਿਨਿਸਟਰ ਕੋਲ ਐਮ ਪੀ ਜਿੱਤ ਗਏ, ਪਰ 10 ਸਾਲ ਤੋਂ ਸਰਕਾਰਾਂ ਹੀ ਇਹਨਾਂ ਦੀਆਂ ਸੀ ਦੋਨੇ ਪਾਸੇ, ਫਿਰ ਕਰ ਲੈਂਦੇ ਨਾ ਹੱਲ? ਇਹਦਾ ਮਤਲਬ ਸਾਡੇ ਕੋਈ ਵੱਡੀ ਹੈ, ਇੰਨਾ ਸੌਖਾ ਨਹੀਂ ਹੈ ਹੱਲ, ਸਵਾਲ ਤਾਂ ਇਹ ਹੈ। ਇੱਕ ਤਾਂ ਹੁੰਦਾ ਨਾ, ਫਿਰ ਜੇ ਉਦੋਂ ਤਾਕਤ ਲੈ ਕੇ ਨਹੀਂ ਕਰ ਸਕੇ, ਹੁਣ ਤਾਕਤ ਲੈ ਕੇ ਕੀ ਕਰਨਗੇ? 10 ਦੀਆਂ 10 ਸੀਟਾਂ ਹਰਿਆਣੇ 'ਚੋਂ ਬੀਜੇਪੀ ਕੋਲ ਸੀਗੀਆਂ, ਜੇ ਆਪਾਂ ਕੇਂਦਰ ਦੀ ਵੀ ਗੱਲ ਕਰੀਏ, ਜਿੰਨੀਆਂ ਸੀਟਾਂ ਬੀਜੇਪੀ ਕੋਲ ਪਿਛਲੀ ਐਸਟ ਆਈਆਂ ਸੀ ਉਨੀਆਂ ਕਦੀ ਵੀ ਨਹੀਂ ਆਈਆਂ, ਨਾ ਅੱਗੇ ਨੂੰ ਆਉਣ ਦੀ ਕੋਈ ਉਮੀਦ ਹੈ। 303 ਸੀਟਾਂ ਸੀ, ਹੁਣ 240 ਨੇ, ਉਦੋਂ ਪਹਿਲਾਂ 2014 ਚ ਵੀ ਘੱਟ ਸੀਗੀਆਂ, ਫਿਰ ਕਰਾਇਆ ਕਿਉਂ ਨਹੀਂ? ਇਹਨਾਂ ਤਾਂ ਆਪਦੀ ਮੈਜੋਰਟੀ ਸੀ, ਹਰਿਆਣੇ 'ਚ ਵੀ ਇਹਨਾਂ 10 ਸਾਲ ਸਰਕਾਰ ਰਹੀ ਹੈ, ਫਿਰ ਕਰਾ ਲੈਂਦੇ ਨਾ ਜੇ ਇੰਨੀ ਗੱਲ ਸੀ, ਇਹਦਾ ਮਤਲਬ ਕੋਈ ਵੱਡੀ ਗੱਲ ਹੈ। ਜਿਹੜੇ ਇੱਧਰਲੇ ਨੇ, ਇੱਧਰਲੇ ਜਿਹੜੇ ਨੇ ਉਹ, ਕਿਉਂਕਿ ਜੇ ਉੱਥੇ ਉਹਨਾਂ ਦੋਹਾਂ ਧਿਰਾਂ ਦੀ ਸਰਕਾਰ ਸੀ, ਤੁਸੀਂ ਆਪਦਾ ਮੰਗ ਰਹੇ ਡਬਲ ਇੰਜਨ ਜਿਹਨੂੰ ਕਹਿੰਦੇ, ਉਹ ਤਾਂ ਡਬਲ ਇੰਜਨ ਸਰਕਾਰ ਸੀ, ਫਿਰ ਵੀ ਨਹੀਂ ਹੋਇਆ, ਫਿਰ ਸਿੰਗਲ ਇੰਜਨ ਵਾਲੀ ਕਿੱਥੋਂ ਕਰਾ ਲੂਗੀ? ਇੱਥੇ ਵਾਲੇ ਲਾ ਲਓ, ਇੱਥੇ ਵਾਲੇ ਦਿੱਲੀ ਨੂੰ ਕੀ ਕਹਿਣਗੇ? ਇਹ ਸਿਰਫ ਤਾਕਤਾਂ ਦੀ ਗੱਲ ਕਰਦੇ ਨੇ, ਗਰਮ ਦਾ ਡੱਬੀ ਲਾ ਲਓ, ਜਿੱਦਾਂ ਤੁਸੀਂ ਕਹਿੰਦੇ ਬੋਲੇ ਨਹੀਂ, ਇਹ ਤਾਂ ਉਦੇ ਨਹੀਂ ਬੋਲੇ ਜਿੱਦਾਂ ਮਹਾਰਾਜ ਅਮਿਤ ਸ਼ਾਹ ਜੀ ਆ ਕੇ ਕਹਿ ਗਏ, ਹਮ ਬੇਨ ਸਿੰਘ ਕੇ ਕਾਤਲੋਂ ਕੋ ਨਹੀਂ ਛੋੜੇਗੇ, ਇਹ ਤਾਂ ਉਦੇ ਨਹੀਂ ਬੋਲੇ। ਉਦੇ ਕਿਉਂ ਨਹੀਂ ਕਿਹਾ? ਵੀ ਭਾਈ ਜਿਹੜੇ ਬੰਦੇ ਦੀ ਕੈਦ ਜਿਹੜੀ ਤੁਸੀਂ ਕਰਤੀ ਉਸ ਨੂੰ ਕਾਨੂੰਨ ਦੇ ਮੁਤਾਬਕ, ਉਹ ਪੂਰੀ ਹੋ ਗਈ, ਉਹਨੂੰ ਕਿਉਂ ਨਹੀਂ ਛੱਡਿਆ ਜਾਊਗਾ? ਜੇ ਉਹਨੂੰ ਨਹੀਂ ਛੱਡੋਗੇ ਤਾਂ ਮੈਂ ਧੱਕਾ ਕਰ ਰਹੇ ਹੋ, ਤੁਸੀਂ ਰਾਮ ਰਹੀਮ ਨੂੰ ਛੱਡ ਸਕਦੇ ਹੋ, ਤੁਸੀਂ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਛੱਡ ਸਕਦੇ ਹੋ ਪਹਿਲਾਂ, ਸਮੇਂ ਤੋਂ ਪਹਿਲਾਂ, ਅਤੇ ਉਹਨਾਂ ਦੇ ਗੱਲਾਂ 'ਚ ਹਾਰ ਪਾ ਸਕਦੇ ਹੋ, ਉਹਨਾਂ ਨੂੰ ਤਿਲਕ ਕਰ ਸਕਦੇ ਹੋ, ਤੁਸੀਂ ਉਹ ਕੁੜੀ ਦੇ ਗਲਤ ਕੁੜੀ ਦਾ ਰੇਪ ਕਰਕੇ ਕਤਲ ਕਰਨ ਵਾਲਿਆਂ ਨੂੰ, ਉਹਨਾਂ ਦੇ ਗੱਲਾਂ 'ਚ ਤੁਸੀਂ ਹਾਰ ਪਾ ਸਕਦੇ ਹੋ, ਅਤੇ ਤੁਸੀਂ ਸਾਡੇ ਜਿਹੜੇ ਸਿੰਘ ਨੇ ਜਿਹੜੇ ਸਿਆਸੀ ਲੜਾਈ ਦਾ ਫੇਸ ਨੇ, ਕੋਈ ਉਹਦੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਵੱਖਰੀ ਗੱਲ ਹੈ, ਪਰ ਜਦ ਉਹਨਾਂ ਨੂੰ ਕਾਨੂੰਨ ਨੇ ਜੋ ਸਜ਼ਾ ਦੇਣੀ ਸੀ ਦੇ ਤੀ, ਉਹ ਉਹਨਾਂ ਨੇ ਪੂਰੀ ਕਰ ਲਈ, ਉਹਨਾਂ ਨੂੰ ਕਿਉਂ ਨਾ ਛੱਡਿਆ ਜਾਵੇ? ਕਿਹੜਾ ਐਸਾ ਬੋਲਿਆ? ਕੋਈ ਗਰਮ ਦਰੀਏ ਕਾਹਦੀ ਬੋਲੇ, ਨਰਮ ਦਰੀਏ ਕਾਹਦੀ ਬੋਲੇ?
ਜਿਹੜੇ ਹੁਣ ਅਕਾਲੀਆਂ ਦਾ ਦੂਜਾ ਤੁਸੀਂ ਕਿਹਾ ਵੀ ਉੱਥੇ ਗੁਪਤ ਮੀਟਿੰਗ ਕਰੀ ਹੋਰ ਕਰੀ ਉਹ ਵੱਡੇ, ਕਿਉਂਕਿ ਸਭ ਨੂੰ ਆਇਆ ਵੀ ਆਪਾਂ ਨਹੀਂ ਯਾਰ ਆਈ ਆ ਕਰ ਦੋ ਆਈ ਆ, ਕਿਉਂਕਿ ਸਾਰੇ ਬੰਦੇ ਬਾਬੇ ਨੇ ਐਵੇਂ ਨਹੀਂ ਕਿਹਾ ਕੋਟ ਮਲੇ ਕੋ ਜ਼ਿਲ੍ਹਾ ਸੇਖ ਹੋ ਸਕਦੇ ਵਿਹਾਰੀ, ਇਹ ਵਿਹਾਰੀ ਨੇ ਵਪਾਰੀ ਨੇ, ਕਿਉਂਕਿ ਇਹਨਾਂ ਨੂੰ ਤਾਂ ਕੋਈ ਹੈ ਨਹੀਂ ਪੰਜਾਬ ਦੇ ਨਾਲ। ਮੈਂ ਅਕਾਲੀ ਦਲ ਦਾ ਉਹ ਪਾਰਟ ਵੀ ਦੇਖਿਆ, ਉਹ ਹਿੱਸਾ ਦੇਖਿਆ ਜਦ ਅਕਾਲੀ ਦਲ ਡਾਂਕੇ ਜਿਹੜੇ ਨਾਲ ਲੜਦਾ ਸੀ ਪੂਰੇ ਮੁਲਕ ਵਾਸਤੇ, ਜਿਵੇਂ ਹੁਣ ਕਿਸਾਨੀ ਨੇ ਮੋਰਚਾ ਲਾਇਆ ਸੀ, ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ਼ ਵੱਡਾ ਮੋਰਚਾ ਲਾਇਆ ਸੀ, ਕੋਈ ਉਦੋਂ ਮਤਲਬ ਮੂੰਹ ਖੋਲਣ ਨੂੰ ਤਿਆਰ ਨਹੀਂ ਸੀ ਜਦ ਅਕਾਲੀ ਦਲ ਲਗਾਤਾਰ 19 ਮਹੀਨੇ ਪਰ ਇੱਕ ਦਿਨ ਵੀ ਨਾਗਾ ਨਹੀਂ ਪਿਆ, 5 ਬੰਦੇ ਰੋਜ਼ ਜਾਂਦੇ ਸੀ ਅਰੈਸਟ ਹੁੰਦੇ ਸੀ, ਪਰ ਹੁਣ ਅਕਾਲੀ ਦਲ 'ਚ ਹਿੰਮਤੀ ਨਹੀਂ ਵੀ ਮੋਰਚੇ ਲਾ ਲਏ, ਉਹ ਕਹਿੰਦੇ ਹੁਣ ਮੋਰਚਿਆਂ ਦਾ ਜ਼ਮਾਨਾ ਨਹੀਂ ਰਿਹਾ ਜੀ ਮੈਂ, ਕਿਉਂਕਿ ਜਦ ਤੁਹਾਡੇ ਆਪਦੇ ਕੁਛ ਨਾ ਹੋਵੇ ਨਾ ਫਿਰ ਇਹੋ ਜਿਹੇ ਬਹਾਨੇ ਕਰ ਦਿਓ। ਉਹ ਮੈਂ ਤਾਂ ਕਹਿਣਾ ਇੱਕ ਨਾ ਇੱਥੇ ਉਹ ਜਾਣ ਕੇ ਭਰਤੀਆਂ ਗਲਤ ਕਰਨ, ਪ੍ਰਮੋਸ਼ਨਾਂ ਗਲਤ ਕਰਨ ਆ ਜਾਵੇ ਵਿੱਚ, ਨਾਲ ਕਹੀ ਜਾ ਕਹਿੰਦੇ ਇੱਕ ਰਾਏ ਬਣਾਤੀ ਆਮਾ ਵੀ ਤਾਂ ਜੀ ਸਾਡਾ ਜਿਹੜਾ ਐਕਟ ਬਣਿਆ ਹੋਇਆ ਉਹੀ ਗਲਤ ਹੈ, ਇਸੇ ਕਰਕੇ ਸਾਡੇ ਗੜਬੜ ਹੋ ਗਈ। ਮੈਨੂੰ ਇੱਕ ਸੈਕਟਰੀ ਨੇ ਕਿਹਾ, ਉਹ ਮੈਂ ਕਿਹਾ ਜੀ ਐਕਟ ਕਾਹਨੂੰ ਗਲਤ ਹੈ, ਇਹ ਲਾਗੂ ਕਰਨ ਵਾਲੇ ਜਾਣ ਕੇ ਖਰਾਬ ਕਰਦੇ ਨੇ, ਫਿਰ ਕਹਿੰਦੇ ਐਕਟ ਗਲਤ ਹੈ, ਉਹਦੀ ਮਾੜੀ ਮੋਟੀ ਐਂ ਟੰਗ ਵਾਂਝੀ ਕੱਢ ਕੇ। ਸੋ ਜਦ ਤੁਹਾਡਾ ਮਨ ਜਿਨ ਮਨ ਹੋਰ ਮੁੱਖ ਹੋਰ ਸੇ ਕੰਢ ਕੱਚਿਆ, ਇਹ ਆਗੂ ਕਹੇ ਜੇ ਨੇ ਬਾਬੇ ਨੇ ਆਗੂ ਵਾਲੇ ਕਿਹਾ ਅੰਧਾ ਆਗੂ ਜੇ ਸੀ ਇਹ ਕਿਉਂ ਪਾਦਰ ਜਾਣ, ਜਿਹੜਾ ਆਗੂ ਹੀ ਤੁਹਾਡੇ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਮੈਂ ਪੰਜਾਬ ਨੂੰ ਲਿਜਾਣਾ ਕਿੱਧਰ ਹੈ, ਕਿੱਦਾਂ ਲੈ ਕੇ ਜਾਣਾ, ਕੀ ਕਰਨਾ, ਸਿਰਫ ਤਾਕਤ ਲੈਣੀ ਹੈ, ਉਹਨੇ ਲੋਕਾਂ ਨੂੰ ਵੀ ਰਸਤਾ ਦੱਸਣਾ, ਉਹਨੂੰ ਆਪ ਨੂੰ ਨਹੀਂ ਰਸਤਾ ਪਤਾ। ਸੋ ਇਸ ਕਰਕੇ ਇਸੇ ਕਰਕੇ ਬਾਬੇ ਨੇ ਕਿਹਾ ਅੰਧੇ ਸੇ ਨਾ ਆਖਣ ਜੇ ਹਿਰਦੇ ਸੇ ਲੋਚਣ ਨਾਹੀਂ, ਅੰਧੇ ਸੇ ਹੀ ਨਾਨਕ। ਜਿਹਨਾਂ ਦੇ ਆਹ ਅੱਖਾਂ ਨਹੀਂ ਹੈਗੀਆਂ ਉਹਨੂੰ ਅੰਨਾ ਨਹੀਂ ਕਹੀਦਾ, ਜਿਹਨੂੰ ਇੱਥੇ ਗਿਆਨ ਨਹੀਂ ਹੈ ਵੀ ਬ੍ਰਹਮੰਡ ਕਿਵੇਂ ਚੱਲਦਾ ਉਹ ਅੰਨਾ ਹੁੰਦਾ। ਸੋ ਅੰਨਾ ਜਿਹੜਾ ਹੈ ਉਹ ਹੋਰ ਹੈ, ਇੱਦਾਂ ਹੀ ਮਾੜੇ ਕਰਮ ਕਮਾਉਣਾ, ਇੱਦਾਂ ਸੂਤਕ ਪਾਤਕ, ਇਹ ਸਾਰਾ ਕੁਛ ਜਦ ਅਸੀਂ ਮਨੁੱਖਤਾ ਦੇ ਤੌਰ 'ਤੇ ਸੋਚਦੇ ਹਾਂ, ਪੰਜਾਬ ਨੇ ਚਾਹੀਦਾ ਮੁੱਢ ਮੰਨਿਆ ਹੋਇਆ, ਪੰਜਾਬ ਨੇ ਤਾਂ ਫਲਸਫੇ ਦੇ ਵਿੱਚ ਬੜਾ ਵੱਡਾ ਆਪਦਾ ਝੰਡੀ ਗੱਡੀ ਹੋਈ ਹੈ, ਪਰ ਇਹਨਾਂ ਤੋਂ ਪਤਾ ਹੀ ਨਹੀਂ। ਐਂ ਕਰੋ ਇਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਤੁਹਾਨੂੰ ਪਤਾ ਵੀ ਪੰਜਾਬ 'ਚ ਕਿਹੜੇ ਕਿਹੜੇ ਫਲਸਫੇ ਨੇ, ਕਿਵੇਂ ਕਿਵੇਂ ਕੰਮ ਕਰਦੇ ਸੀ ਉਹ, ਵੱਡੇ ਵੱਡੇ ਵਿਦਵਾਨਾਂ ਨੂੰ ਨਹੀਂ ਕਹਿੰਦੇ ਪਤਾ, ਕਿਉਂਕਿ ਦੇਖਦੇ ਨਹੀਂ ਉਸ ਤਰੀਕੇ ਨਾਲ, ਆਮ ਪੜ੍ਹਿਆਂ ਨੂੰ ਤਾਂ ਕਿੰਨਾ ਕਹਾਉਣਾ। ਸੋ ਇਸ ਕਰਕੇ ਜਿਹੜੀ ਸਾਡੀ ਸਮੱਸਿਆ ਇਹ ਹੈ ਕਿ ਨਾ ਅਸੀਂ ਆਪਦਾ ਫਲਸਫਾ ਪੜ੍ਹਨਾ ਵਿਚਾਰਤਾ ਰਜਣਗੇ, ਨਾ ਅਸੀਂ ਆਪਦਾ ਇਤਿਹਾਸ ਪੜ੍ਹਨਾ, ਨਾ ਅਸੀਂ ਆਪਦੇ ਅਰਥਚਾਰੇ ਨੂੰ ਉਸ ਤਰੀਕੇ ਨਾਲ ਦੇਖਣਾ, ਅਸੀਂ ਆਪਦਾ ਇੱਕ ਆਪਦਾ ਦਾ ਤਰੀਕਾ ਕਰਨਾ ਵੀ ਇਹ ਬੜਾ ਵਧੀਆ ਜੀ, ਇਹਦੇ ਨਾਲ ਕਮਾਲ ਹੋ ਗਿਆ। ਹੁਣ ਜੇ ਇੱਕ ਬੰਦਾ ਮੰਨ ਲਓ ਡੈਂਪ ਦੇ ਥੱਲੇ ਸੜਕ ਦੀ ਰੋਸ਼ਨੀ ਦੇ ਮਿਊਨਸਪਲ ਕਮੇਟੀ ਦੇ ਵੈਂਪ ਥੱਲੇ ਪੜ੍ਹ ਕੇ ਉਹ ਕੋਈ ਡਾਕਟਰ ਬਣ ਜੇ ਜਾਂ ਇੰਜੀਨੀਅਰ ਬਣ ਜੇ ਜਾਂ IAS ਬਣ ਜੇ, ਉਹਦੀ ਉਦਾਹਰਨ ਦੇ ਦੇ ਕੇ ਅਸੀਂ ਲੋਕਾਂ ਨੂੰ ਹਨੇਰੇ 'ਚ ਰੱਖਣਾ ਚਾਹਾਂਗੇ, ਪਰ ਅਸੀਂ ਕਹੀਏ ਵੀ ਹੁਣ ਤੁਸੀਂ ਸੜਕਾਂ 'ਤੇ ਬੈਠ ਕੇ ਪੜ੍ਹਿਆ ਕਰੋ, ਫਿਰ ਤਾਂ ਮੋਦੀ ਸਾਹਿਬ ਨੇ ਜਿਹੜੇ ਕਿਹਾ ਸੀ ਪਕੌੜੇ ਤਲਣ ਵਾਲੀ ਗੱਲ, ਫਿਰ ਸੱਚੀ ਆਪੀ ਹੋ ਜਾਂਦੀ ਹੈ। ਇਹ ਠੀਕ ਹੈ ਕੋਈ ਅਭਾਵ 'ਚ ਹੁੰਦਾ ਹੈ, ਉਹ ਕਾਫੀ ਦਿੱਕਤਾਂ ਦੇ ਬਾਵਜੂਦ ਆਪਦਾ ਕਰ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਬਾਕੀ ਨੂੰ ਆਪਾਂ ਸਹੂਲਤ ਨਹੀਂ ਦੇਣੀ, ਪਰ ਇਹ ਸਮਝਣ ਦੀ ਕੋਸ਼ਿਸ਼ ਕਰੀਏ। ਇਸੇ ਕਰਕੇ ਪੰਜਾਬ ਦੇ ਵਿੱਚ ਅੱਜ ਲੋੜ ਕਿਹੜੀ ਗੱਲ ਹੈ, ਪੰਜਾਬ ਦੇ ਮੁੱਦਿਆਂ ਨੂੰ ਅੱਜ ਤੱਕ ਇਹਨਾਂ ਨੇ ਆਪਦੇ ਮੈਨੀਫੈਸਟੋਆਂ 'ਚ ਕਿਸੇ ਨੇ ਜਿਹੜੇ ਜਿਹੜੇ ਚੋਣ ਮਨੋਰਥ ਪੱਤਰ ਕੱਢੇ, ਪੰਜਾਬ ਦੀ ਕਾਂਗਰਸ ਨੂੰ ਪੁੱਛ ਲਓ ਵੀ ਤੁਸੀਂ ਪੰਜਾਬ ਦਾ ਕੋਈ ਚੋਣ ਮਨੋਰਥ ਪੱਤਰ ਕੱਢਿਆ, ਜਾਂ ਜਿਹੜੀ ਤੁਹਾਡੀ ਕੇਂਦਰ ਦੀ ਕਾਂਗਰਸ ਨੇ ਕਿਹਾ ਉਹਨੂੰ ਤੁਹਾਡਾ ਇੱਕ ਵੀ ਬੰਦਾ ਬੋਲਿਆ ਵੀ ਅਸੀਂ ਆਹ ਕਰਾਂਗੇ, ਜਾਂ ਹੁਣ ਉਹਨੂੰ ਲਾਗੂ ਕਰਨ ਵਾਸਤੇ ਬੋਲਦੇ ਹੋ, ਇਹ ਦੱਸ ਸਕਦੇ ਹੋ ਨਾ, ਚੁੱਪ ਕਿਉਂ, ਜਿੱਤੇ ਤਾਂ ਸੱਤ, ਹੁਣ ਤਾਂ ਸੱਤ ਜਿੱਤ ਗਏ ਤੁਸੀਂ, ਹੁਣ ਤਾਂ ਬੋਲ ਪੋ ਨਾ, ਆਪਸ ਵਿੱਚ ਇੱਕ ਦੂਜੇ ਨਾਲ ਲੜ ਰਹੇ ਨੇ ਵੀ ਅਸੀਂ 4 ਹੋਰ ਜਿੱਤ ਜਾਂਦੇ ਸੀ, ਉਹ ਫਲਾਣੇ ਫਲਾਣੇ ਐਂ ਕਰ, ਇੱਦਾਂ ਹੀ ਆਪ ਵਾਲੇ ਤੁਸੀਂ 3 ਜਿੱਤ ਗਏ, 5 ਕੁ ਸੀਟਾਂ 'ਤੇ ਤੁਸੀਂ 2 ਨੰਬਰ 'ਤੇ ਆ ਗਏ 4 'ਤੇ, ਅਤੇ ਤੁਸੀਂ ਇਹ ਕਰਨ ਦੀ ਬਜਾਏ ਉਹ ਐਂ ਹੋ ਗਿਆ ਸਮੀਖਿਆ ਕਰਨ ਦੀ ਬਜਾਏ ਹੁਣ ਕਹਿ ਤਾ ਵੀ ਪਾਠਕ ਨੂੰ ਲਾਵਾਂਗੇ ਜੀ ਅਸੀਂ ਤਾਂ ਇੱਥੇ ਇੰਚਾਰਜ,
ਕੀ ਗੱਲ ਭਗਵੰਤ ਮਾਨ ਮਤਲਬ ਮਾੜਾ ਨਿਕਲ ਗਿਆ ਹੁਣ ਜਿੱਦੇ ਪਾਠਕ ਦੇ ਹੁੰਦੇ ਹਾਰੇ ਸੀ ਉਦੇ। ਸੋ ਇਹ ਗੱਲਾਂ ਜਿਹੜੀਆਂ ਨੇ ਨਾ, ਬੰਦੇ ਬਦਲ ਦਿਓ, ਬੰਦਾ ਹੋਰ ਲਾ ਦਿਓ, ਹੁਣ ਰੋਜ਼ ਵੀ ਭਗਵੰਤ ਮਾਨ ਦੀ ਥਾਂ 'ਤੇ ਹੋਰ ਲਾ ਦਿਓ, ਸੁਖਬੀਰ ਬਾਦਲ ਦੀ ਥਾਂ 'ਤੇ ਹੋਰ ਲਾ ਦਿਓ, ਪ੍ਰਤਾਪ ਬਾਜਵੇ ਦੀ ਥਾਂ 'ਤੇ ਹੋਰ ਲਾ ਦਿਓ, ਰਾਜਾ ਵੜਿੰਗ ਦੀ ਥਾਂ 'ਤੇ ਹੋਰ ਲਾ ਦਿਓ, ਫਲਾਣੇ ਦੀ ਥਾਂ 'ਤੇ ਹੋਰ ਲਾ ਦਿਓ। ਬੰਦੇ ਬਦਲ ਨਾਲ ਨਹੀਂ ਕੁਛ ਹੋਣਾ, ਆ ਬੀਜੇਪੀ ਨੇ ਬਦਲ ਹੀ ਦਿੱਤੇ ਨਾ, ਬੀਜੇਪੀ ਨੇ ਆਪਦਾ ਪ੍ਰਧਾਨ ਕਾਂਗਰਸੀ ਨੂੰ ਲਾ ਲਿਆ, ਟਿਕਟਾਂ ਵੀ ਬਹੁਤੇ ਦੂਜਿਆਂ ਨੂੰ ਦੇਤੀਆਂ, ਫਿਰ ਕੀ ਕਰ ਲਿਆ, ਇਹ ਤਾਂ ਪੰਜਾਬ 'ਚ ਸਾਂਭ ਨਾ ਆਪਣੇ। ਸੋ ਇਸ ਕਰਕੇ ਅੱਜ ਪੰਜਾਬ ਦੀ ਸੁਖਵਿੰਦਰ ਜਿਹੜੀ ਇਹ ਹਾਲਤ ਹੋ ਰਹੀ ਹੈ, ਇਹਦੇ ਵਾਸਤੇ ਇੱਕ ਤਾਂ ਪੰਜਾਬ ਇਹ ਝੰਡਾ ਲੈ ਕੇ ਚੱਲਣਾ ਪਊ ਪੰਜਾਬ ਨੂੰ ਕਿ ਜਿਹੜੇ ਸੂਬਿਆਂ ਦੇ ਹੱਕ ਨੇ, ਕੇਂਦਰ ਜਿਹੜੀ ਮਰਜ਼ੀ ਸਰਕਾਰ ਹੋਵੇ, ਸੂਬਿਆਂ ਦੇ ਹੱਕ ਤੁਹਾਨੂੰ ਦੇਣੇ ਪੈਣਗੇ। ਜੇ ਤੁਸੀਂ ਸੂਬਿਆਂ ਨੂੰ ਐਂ ਡਿਸਕਾਉਣਾ, ਕਦੇ RDF ਨਹੀਂ ਦੇਣਾ, ਕਦੇ ਸਾਡਾ GST ਦਾ ਹਿੱਸਾ ਨਹੀਂ ਦੇਣਾ, ਕਦੇ ਤੁਸੀਂ ਜਿਹੜਾ ਆਫਤ ਦਾ ਫੰਡ ਹੈ ਉਹ ਨਹੀਂ ਦੇਣਾ, ਤੇ ਫਿਰ ਸਾਨੂੰ ਮਿਹਣੇ ਦੇਣੇ ਨੇ, ਇਹ ਭੁਗਣਾ ਨਹੀਂ ਹੈ। ਜਿੱਦੇ ਮੈਂ ਤਾਂ ਕਹਿਣਾ ਇਹ ਪਾਰਟੀਆਂ ਕਿਵੇਂ ਕਿੰਨੀਆਂ ਖੁਦਗਰਜ਼ ਨੇ। ਭਗਵੰਤ ਮਾਨ ਚੰਗਾ ਜਾਂ ਮਾੜਾ ਇਸ 'ਚ ਨਹੀਂ ਜਾਵਾਂਗਾ। ਜਿੱਦੇ ਸਾਨੂੰ ਕਿਹਾ ਗਿਆ ਬੀਜੇਪੀ ਨੇ ਤਾਂ, ਕਿਉਂਕਿ ਆਪਦਾ ਬੈਂਡ ਵੈਗਨ ਨੂੰ ਬੋਲਣਾ ਹੁੰਦਾ, ਉਹ ਤਾਂ ਦੇਖਣਗੇ ਨਹੀਂ। ਬੀਜੇਪੀ ਨੇ ਕਿਹਾ ਕਿ ਜੇ ਅਸੀਂ ਇਹਨਾਂ ਨੂੰ 1,000,000,000 ਰੁਪਇਆ ਦੇ ਤਾ, ਇਹ ਭਗਵੰਤ ਮਾਨ ਉਹਦਾ ਹਿਸਾਬ ਦੇ ਦੇ ਅੱਜ ਹੜਾ ਮਿਲ। ਇੱਕ ਵੀ ਪਾਰਟੀ ਸਮਾਂ ਭਗਵੰਤ ਮਾਨ ਤੋਂ ਸਾਹਿਬ ਉਹ ਇਹ ਕਿਸੇ ਨੇ ਦੇਖਿਆ ਨਹੀਂ ਵੀ ਭਾਈ ਇਹ ਇਕੱਲੇ ਪੰਜਾਬ ਨੂੰ ਸੁਣੇ, ਕਿਉਂਕਿ ਉਹਨਾਂ ਨੂੰ ਪਤਾ ਹੀ ਸੱਚੀ ਮੁੱਚੀ ਨਹੀਂ ਪਤਾ ਸੀ ਉਹਨਾਂ ਨੂੰ ਵੀ ਇਹ ਇਕੱਲੇ ਪੰਜਾਬ ਨੂੰ ਨਹੀਂ ਦਿੱਤਾ, ਇਹ ਤਾਂ 28 ਸੂਬਿਆਂ ਨੂੰ ਦਿੱਤਾ, ਇਹ ਤਾਂ ਹਰ ਸਾਲ ਦਿੱਤਾ ਜਾਂਦਾ, ਬਲਕਿ ਉਹਦੇ ਉੱਤੇ ਅੰਕੁਸ਼ ਲਾਤਾ ਵੀ ਇਹਦੇ 'ਚ 33% ਤੋਂ ਵੱਧ, 180 ਕਰੋੜ ਕਿੰਨਾ ਸੀ, 33% ਤੋਂ ਵੱਧ ਤੁਸੀਂ ਰਾਹਤ 'ਤੇ ਖਰਚ ਨਹੀਂ ਸਕਦੇ। ਉਸ 55-56 ਕਰੋੜ ਬਣਦਾ ਸੀ ਸਾਰਾ ਜੀ, ਇਹ ਰੌਲਾ ਪਾਈ ਗਿਆ ਵੀ ਇੰਨਾ, ਜਿਵੇਂ ਐਂ ਲੱਗਦਾ ਸੀ ਜਿਵੇਂ ਵੀ ਪੰਜਾਬ ਨੂੰ ਕਦੇ ਹਰਿਆਣਾ ਨੂੰ ਵੀ ਪੈਸੇ ਮਿਲੇ ਸੀ, ਹਿਮਾਚਲ ਨੂੰ ਵੀ ਮਿਲੇ ਸੀ, ਬਿਹਾਰ ਨੂੰ ਵੀ ਮਿਲੇ ਸੀ, ਯੂਪੀ ਨੂੰ ਵੀ ਮਿਲੇ ਸੀ, ਉਹ 28 ਸਟੇਟਾਂ ਨੂੰ ਪੈਸੇ ਮਿਲੇ ਨੇ, ਤੁਸੀਂ ਕਦੇ ਪੰਜਾਬ ਦਾ ਐਂ ਪੇਸ਼ ਕਰੀ ਜਾਂਦੇ, ਵਿਰੋਧੀ ਪਾਰਟੀਆਂ ਦੀ ਐਂ ਕਰੀ ਜਾਣ ਜਿਵੇਂ ਵੀ ਪਤਾ ਨਹੀਂ ਆਪ ਵੀ ਖਾਈ ਜਾਂਦੇ ਨੇ। ਫਿਰ ਤੁਸੀਂ 11 ਤਰੀਕ ਨੂੰ, 10 ਤਰੀਕ ਨੂੰ ਪੈਸੇ ਰੈਲੀ ਕਰਦੇ, 11 ਨੂੰ ਉਹਦਾ ਹਿਸਾਬ ਮੰਗਣਾ ਸ਼ੁਰੂ ਕਰਤਾ, ਇਹ ਤਾਂ ਕਦੇ ਖਜ਼ਾਨੇ ਵਾਲੇ ਨਹੀਂ ਮੰਗਦੇ ਯਾਰ, ਇਹ ਤਾਂ ਕਦੇ ਆਡਿਟ ਵਾਲੇ ਨਹੀਂ ਮੰਗਦੇ ਵੀ ਅੱਜ ਪੈਸੇ ਦਿੱਤੇ ਨੇ ਤੇ ਕੱਲ੍ਹ ਨੂੰ ਕੋਲ ਸਾਹਿਬ ਦਿਓ, ਮਤਲਬ ਕਿੱਥੋਂ ਦੀਆਂ ਗੱਲਾਂ ਕਰਦੇ ਆ। ਆਹ ਸਾਡਾ ਸਿਆਸਤਦਾਨ ਨੇ, ਇਹ ਸਾਰੇ ਸਿਆਸਤਦਾਨ ਨਾ ਇੱਕ ਦੂਜੇ, ਇਹਨਾਂ ਦਾ ਵਕੀਲ ਵੀ ਨੇ ਮਿਲੇ ਜੰਗ, ਉਹ ਵੀ ਇੱਕ ਦੂਜੇ ਨਾਲ ਇਸ ਪੈਸਿਆਂ ਦੇ ਉੱਤੇ ਭਿੜਦੇ ਰਹੇ ਨੇ, ਪਰ ਸਟੱਡੀ ਕੋਈ ਵੀ ਨਹੀਂ ਕਰ। ਵੀ ਯਾਰ ਤੁਸੀਂ ਇੰਨੀ ਕੁ ਤਾਂ ਸਾਖਦੀ, ਮੈਂ ਇੱਕ ਵਾਰੀ ਬਲਕਿ ਆਪ ਦੇ ਇੱਕ ਲੀਡਰ ਨੂੰ ਦੇਖਿਆ, ਉਹਨੇ ਬੜੀ ਵਧੀਆ ਗੱਲ ਕਰੀ, ਲੀਡਰ ਨੇ ਚੋਂ ਕਈ ਵਾਰ ਕਰਦੇ ਵੀ ਨੇ, ਐਂ ਨਹੀਂ ਆ ਵੀ ਸਾਰੇ ਮਾੜੇ। ਉਹ ਕਹਿੰਦਾ ਜਦ ਉਹ ਨਵਜੋਤ ਸਿੱਧੂ ਦੇ ਘਰ ਦਾ ਰੌਲਾ ਪਿਆ ਸੀ ਨਾ ਰੇਲਵੇ ਟਰੈਕ ਦੇ ਉੱਤੇ, ਉਹ ਕਹਿੰਦਾ ਕਹਿੰਦਾ ਯਾਰ ਹੁਣ ਐਂ ਤਾਂ ਜੇ ਕਿਸੇ ਨੂੰ ਉੱਥੇ ਚੀਫ ਗੈਸਟ ਬੁਲਾਇਆ ਤੇ ਪ੍ਰਬੰਧਕਾਂ ਦੀ ਕੋਈ ਗਲਤੀ ਹੈ, ਹੁਣ ਉਹ ਚੀਫ ਗੈਸਟ ਦੇ ਉੱਤੇ ਦੋਸ਼ ਤਾਂ ਨਾ ਦਿਓ। ਏਦਾਂ ਜਿਵੇਂ ਕਿਸੇ ਨੇ ਕੋਈ, ਜਿਵੇਂ ਹੁਣ ਤੁਸੀਂ ਕਹਿ ਰਹੇ ਸੀ ਵੀ ਕੰਗਨਾ ਰਣੌਤ ਨਾਲ ਉਹਦੀ ਫੋਟੋ ਹੈ, ਮੈਂ ਕਹਿੰਦਾ ਕੁੜੀ ਹੋਵੇ ਜਾਂ ਨਾ ਹੋਵੇ, ਕੰਗਨਾ ਰਣੌਤ ਫੋਟੋ ਖਿਚਾਉਣ ਦਾ ਮਤਲਬ ਇਹ ਨਹੀਂ ਹੈ ਵੀ ਕੰਗਨਾ ਰਣੌਤ ਨੇ ਉਹਨੂੰ ਸਿਖਾਤਾ, ਮੈਂ ਬਿਲਕੁਲ ਇਸ ਗੱਲ ਨੂੰ ਸਹਿਮਤ ਨਹੀਂ ਹਾਂ। ਕਿਉਂ? ਕਿਉਂਕਿ ਮੈਂ ਸੈਂਕੜੇ ਜਗ੍ਹਾ 'ਤੇ ਜਾਂਦਾ, ਅਸੀਂ ਜੀ ਤੁਹਾਡੇ ਫੋਟੋ ਖਿੱਚ ਲਈਏ, ਮੈਂ ਕਹਿੰਦਾ ਖਿੱਚ ਲਓ, ਖਿੱਚੀ ਜਾਣਾ, ਮੈਨੂੰ ਕੀ ਫਰਕ ਪੈਂਦਾ, ਇਹਦਾ ਮਤਲਬ ਉਹਨਾਂ ਦਾ ਨਾਲ ਬਣ ਗਿਆ, ਉਹ 4 ਬੰਦੇ ਨਾਲ ਵੀ ਖੜ ਜਾਂਦੇ ਨੇ। ਸੋ ਇਸ ਕਰਕੇ ਫੋਟੋ ਫਾਟੋ ਨੂੰ, ਜਿਹੜਾ ਫੋਟੋ ਲੱਗੇ ਜਿਹਦੇ ਨਾਲ ਫੋਟੋ ਹੈ, ਕਿੱਡੀ ਫੋਟੋ ਨਹੀਂ, ਉਹ ਦਿਖਾਓ ਵੀ ਆਹ ਦੇਖ ਲਓ ਇਹ ਇਕੱਠੇ ਇਹਦੇ ਘਰ ਦੇ ਵਿੱਚ ਇਕੱਠੇ ਬੈਠ ਕੇ ਗੱਪਾਂ ਮਾਰ ਰਹੇ ਨੇ ਜਾਂ ਕੋਈ ਗੱਲ ਕਰ ਰਹੇ ਨੇ ਜਾਂ ਕੋਈ ਗੂੰਦ ਗੂੰਦ ਰਹੇ ਨੇ, ਉੱਥੇ ਬੈਠ ਕੇ ਰੋਟੀ ਖਾ ਰਹੇ, ਫਿਰ ਆਪਾਂ ਮੰਨ ਲਾਂਗੇ ਵੀ ਕੋਈ ਵਿਆਹ ਸ਼ਾਦੀ 'ਚ ਹੋਣਾ, ਕਿਸੇ ਮਰਗਤ 'ਚ ਹੋਣਾ, ਕਿਸੇ ਮੇਲੇ ਮੁਸਾਫਰ 'ਚ ਹੋਣਾ, ਕਿਸੇ ਮੰਡੀ 'ਚ ਹੋਣਾ, ਕਿਸੇ ਫੰਕਸ਼ਨ 'ਚ ਹੋਣਾ, ਉੱਥੇ ਫੋਟੋ ਨਾਲ ਹੋਣੀ ਜਾਂ ਉੱਥੇ ਸਟੇਜ 'ਤੇ ਨਾਲ ਬੈਠਣਾ, ਵੀ ਸਟੇਜ ਦਾ ਇੱਕ ਮਰਿਆਦਾ ਹੈ, ਉਸੇ ਵਿਰੋਧੀ ਵੀ ਇਕੱਠੇ ਬਹਿੰਦੇ ਨੇ, ਇਹ ਉਹੀ ਜਿਹੀਆਂ ਫੋਟੋਆਂ ਪਾ ਕੇ ਕੋਈ ਕੱਚੀ ਗੱਲ ਕਰਨੀ ਹੈ, ਤੁਸੀਂ ਕੀ ਗੱਲ ਕਰਨੀ ਹੋਵੇ ਪੱਕੀ।
ਪੱਕੀ ਗੱਲ ਉਦੋਂ ਹੁੰਦੀ ਹੈ ਜਾਂ ਤੁਸੀਂ ਤੱਥਾਂ ਨਾ ਕਰਨੀ। ਸੋ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਪੰਜਾਬ ਦੇ ਉੱਤੇ ਹਮਲਿਆਂ ਨੂੰ ਆਪਾਂ ਨੂੰ ਰੋਕਣਾ ਪਏਗਾ, ਇੱਥੇ ਇੱਕ ਮੂਵਮੈਂਟ, ਇੱਕ ਲਹਿਰ ਚਾਲੂ ਕਰਨੀ ਪਏਗੀ। ਜਿਹੜਾ ਅਕਾਲੀ ਦਲ ਵੱਖ ਹੋਣ ਨੂੰ ਫਿਰਦਾ, ਨਾ ਤਾਂ ਉਹ ਕੋਈ ਏਜੰਡਾ ਦੇ ਰਿਹਾ ਪੰਜਾਬ ਦੇ ਹਿੱਤਾਂ ਦੀ ਗੱਲ, ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਨਾ ਜੀ ਤੋਂ ਵੱਖ ਹੋਣ ਨੂੰ ਫਿਰਦੇ ਨੇ ਉਹ ਕੋਈ ਉਹ ਮਤੇ ਦੀ ਗੱਲ ਕਰ ਰਿਹਾ। ਜਿਹੜੇ ਵੱਖ ਹੋਣ ਨੂੰ ਫਿਰਦੇ ਨੇ ਉਹ ਕਈ ਵਾਰੀ ਵੱਖ ਹੋ ਵੀ ਚੁੱਕੇ, ਉਦੋਂ ਵੀ ਉਹਨਾਂ ਨੇ ਕੁਛ ਨਹੀਂ ਕਰਿਆ। ਸੋ ਕੀ ਕਰਨਗੇ ਹੁਣ ਵੱਖ ਹੋ ਕੇ? ਇਹਦਾ ਮਤਲਬ ਤਾਕਤ ਵਾਸਤੇ ਵੱਖ ਹੋ ਗਏ ਨੇ, ਤਾਕਤ ਵਾਸਤੇ ਉਹ ਇਕੱਠੇ ਹੁੰਦੇ ਨੇ, ਤਾਕਤ ਵਾਸਤੇ ਉਹ ਵੱਖ ਹੁੰਦੇ ਨੇ, ਤੇ ਤਾਕਤ ਦੇ ਕਰਕੇ ਹੀ ਉਹ ਇੱਧਰ ਉੱਧਰ ਦੀਆਂ ਗੁੰਦਾਂ ਗਾਉਂਦੇ ਨੇ। ਜਿਹੜਾ ਬੰਦਾ ਅੰਦਰ ਵੜ ਵੜ ਕੇ ਗੁੰਦਾ, ਤੁਸੀਂ ਕਿਹਾ ਵੀ ਉਹ ਗੁਪਤ ਕਰੀ ਹੈ, ਉਹ ਲੋਕਾਂ ਨੂੰ ਤਾਂ ਪਤਾ ਹੀ ਹੈ, ਜੋ ਗੁਪਤ ਮੀਟਿੰਗ ਕਰੀ ਹੈ ਤਾਂ ਮੈਨੂੰ ਲੱਗਦਾ ਹੋਰ ਵੀ ਮਾੜੀ ਹੈ, ਜਿਹੜੀ ਲੋਕਾਂ ਨੂੰ ਆਮ ਹੀ ਪਤਾ ਹੈ। ਤੁਸੀਂ ਪਬਲਿਕਲੀ ਆਪਣੀ ਮੀਟਿੰਗ 'ਚ ਜਾ ਕੇ ਕਹਿ ਦਿਓ, ਤੁਸੀਂ ਕਿਉਂ ਨਹੀਂ ਕਹਿ ਸਕਦੇ ਜਿਹੜਾ ਕੁਛ ਕਹਿਣਾ ਅਕਾਲੀ ਦਲ ਨੂੰ ਵੀ ਭਾਈ ਆਹ ਹੋ ਰਿਹਾ? ਫਿਰ ਤੁਸੀਂ ਜਥੇਬੰਦਕ ਗੱਲ ਕਰ ਦਿਓ, ਇਤਿਹਾਸ ਦੀਆਂ ਕਿੱਦਾਂ ਮਤਲਬ ਤੁਸੀਂ ਵੀ ਨਹੀਂ ਬੋਲਦੇ, ਗੁਰਬਾਣੀ ਜਿਹੜਾ ਰਲਾ ਕਰੇ ਉਹ ਤਾਂ ਤੁਸੀਂ ਵੀ ਨਹੀਂ ਬੋਲਦੇ। ਤੁਸੀਂ ਦੱਸ ਦਿਓ ਜੇ ਕੁਛ ਬੋਲਦੇ ਹੋ, ਤੁਸੀਂ ਬੋਲੋ ਤਾਂ ਸਹੀ ਨਾ ਫਿਰ। ਸੋ ਇਸ ਕਰਕੇ ਮੈਂ ਸਿਰਫ ਇੰਨਾ ਹੀ ਕਹਿੰਦਾ, ਮੈਨੂੰ ਇੱਕ ਉਮੀਦ ਹੈ, ਮੈਨੂੰ ਦੋ ਤਿੰਨਾਂ ਦੇ ਉੱਤੇ ਉਮੀਦ ਆ, ਹੋਰ ਕਿਸੇ 'ਚ ਉਮੀਦ ਨਹੀਂ ਪੰਜਾਬ ਦੇ ਵਿੱਚ। ਇੱਕ ਜਿਹੜੇ ਕਿਸਾਨ ਨੇ, ਚੰਗੇ ਨੇ ਜਾਂ ਮਾੜੇ ਨੇ, 100 ਧੜੇ ਉਹਨਾਂ ਦੇ ਹੋ ਸਕਦੇ ਨੇ, ਪਰ ਉਹ ਲੜਾਈ ਫਿਰ ਵੀ ਇੱਕ ਤਰੀਕੇ ਨਾਲ ਬਾਕੀਆਂ ਨੂੰ ਬਿਹਤਰ ਲੱਗ ਰਹੇ ਨੇ। ਉਹਦੇ 100 ਮਤਭੇਦ ਹੋ ਸਕਦੇ ਨੇ ਲੋਕਾਂ ਦੇ, ਵੀ ਨਹੀਂ ਸੜਕਾਂ ਘੇਰੀਆਂ, ਫਲਾਣਾ ਕਰਦਾ, ਕੋਈ ਕੋਰਟ ਜਾ ਸਕਦਾ, ਪਰ ਉਹ ਲੜਾਈ ਫਿਰ ਵੀ ਬਿਹਤਰ ਲੱਗ ਰਹੀ ਹੈ। ਦੂਜਾ, ਮੈਨੂੰ ਆ ਮਨਰੇਗਾ ਮਜ਼ਦੂਰ ਜਿਹੜੇ ਨੇ ਇਹ ਮੈਨੂੰ ਲੜਦੇ ਜਚਦੇ ਨੇ ਵੀ ਇਹ ਕੁਛ ਕਰ ਸਕਦੇ ਨੇ। ਤੀਜਾ, ਮੈਨੂੰ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਦਲਿਤਾਂ ਨੂੰ ਜਿਹੜੀ ਉਹ ਜ਼ਮੀਨ, ਸਾਂਝੀ ਜ਼ਮੀਨ ਆ, ਉਹਦਾ ਹਿੱਸਾ ਮਿਲੇ। ਅਤੇ ਚੌਥਾ, ਮੈਨੂੰ ਇੱਕ ਉਮੀਦ ਵੱਜਣ ਦੀ ਹੈ, ਕੁਛ ਇੰਟਲੈਕਚੁਅਲ ਇਕੱਠੇ ਹੋਏ ਨੇ, ਕੱਲ੍ਹ ਪਰਸੋਂ ਮੈਂ ਦੇਖ ਰਿਹਾ ਸੀ ਕੋਈ ਖਬਰ, ਵੀ ਜੇ ਕਿਤੇ ਜਿਹੜੀਆਂ ਹੁਣ ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਸਰਬਸੰਮਤੀਆਂ ਹੋ ਜਾਣ, ਪੰਚਾਇਤ ਗ੍ਰਾਮ ਸਭਾਵਾਂ ਹੋਣੀਆਂ ਸ਼ੁਰੂ ਹੋ ਜਾਣ, ਉਹਦੇ ਨਾਲ ਥੱਲਿਓ ਨਵੀਂ ਲੀਡਰਸ਼ਿਪ ਉਭਰੇਗੀ। ਉਹਦੇ ਨਾਲ ਜਿਹੜੀ ਹੈਗੀ ਹੈ ਉੱਥੇ ਧੰਨ ਤੇ ਬਹਾਦਰ ਦੀ ਗੱਲ ਨਾ ਚੱਲੇ, ਪੈਸੇ ਦੀ ਗੱਲ ਨਾ ਚੱਲੇ, ਜਾਤ ਦੇ ਧਰਮ ਦੇ ਨਾਂ 'ਤੇ ਵੋਟ ਨਾ ਪਾਈ ਜਾਵੇ, ਅਤੇ ਜਿਹੜਾ ਕੋਈ ਦਲਿਤ ਜਿੱਤੇ ਨਹੀਂ ਵੀ ਉਹਦਾ ਕੋਈ ਜਿਹੜਾ ਮਾਲਕ ਜਿਹਦੇ ਨਾਲ ਸੀਰੀ ਕਰਦਾ ਉਹ ਉੱਥੇ ਸਰਪੰਚੀ ਜਾਂ ਪੰਚੀ ਕਰੇ, ਜਿਹੜੀ ਔਰਤ ਜਿੱਦੀ ਹੈ ਇਹ ਨਹੀਂ ਵੀ ਉਹਦਾ ਘਰ ਵਾਲਾ, ਉਹਦਾ ਸਹੁਰਾ, ਉਹਦਾ ਮੁੰਡਾ ਜਾਂ ਉਹਦਾ ਬਾਪ ਜਾਂ ਅਨਮੈਰਿਡ ਕੁੜੀ ਹੈ ਉਹ ਸਰਪੰਚੀ ਪੰਚੀ ਕਰੇ, ਖੁਦ ਕਰਨ। ਸੋ ਜੇ ਇਸ ਪਾਸੇ ਨੂੰ ਆਪਾਂ ਵੱਧ ਪਾਂਗੇ ਤਾਂ ਪੰਜਾਬ ਦੇ ਜਿਹੜਾ ਅਸਲ ਪੰਚਾਇਤੀ ਰਾਜ ਹੈ, ਜਿਹਦੇ ਵਿੱਚ ਬਾਬੇ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ, ਇਨ੍ਹੀਂ ਕੀ ਕਿਰਪਾ ਸੇ ਸਜੇ ਹੈ ਹਮ, ਨਹੀਂ ਤਾਂ ਮੋਹ ਸੋ ਗਰੀਬ ਕਰੋੜ ਪਏਗਾ। ਸੋ ਸੰਗਤ ਨੂੰ ਅਸੀਂ ਜਦ ਉੱਤੇ ਰੱਖਾਂਗੇ, ਸੰਗਤ ਦੀ ਗੱਲ ਕਰਾਂਗੇ, ਸੰਗਤ 'ਚ ਕੋਈ ਫਰਕ ਨਹੀਂ ਹੈ, ਸੰਗਤ 'ਚ ਕੋਈ ਪੇਂਡੂ ਨਹੀਂ, ਕੋਈ ਸ਼ਹਿਰੀ ਨਹੀਂ, ਕੋਈ ਪੜ੍ਹਿਆ ਨਹੀਂ, ਕੋਈ ਅਨਪੜ੍ਹ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਅਤੇ ਸਾਰੇ ਇੱਕੋ ਜਿਹੇ ਨੇ ਸੰਗਤ, ਸਾਰੇ ਉਹੀ ਗੁਰਬਾਣੀ ਸੁਣ ਰਹੇ ਨੇ। ਪੰਗਤ, ਪੰਗਤ ਦੇ ਵਿੱਚ ਵੀ ਕੋਈ ਉੱਚਾ ਨੀਵਾਂ ਨਹੀਂ, ਉਹੀ ਥਾਲੀ ਹੈ, ਉਹੀ ਵੱਟ ਹੈ, ਉਹੀ ਗਲਾਸ ਹੈ, ਉਹੀ ਪਾਣੀ ਆ, ਉਹੀ ਭੋਜਨ ਹੈ, ਉਹੀ ਲੰਗਰ ਹੈ, ਸਾਰੇ ਉਹੀ ਉਹੀ ਕੱਪੜਾ ਜਿੱਦ ਕੇ ਬੈਠ ਕੇ ਛਕਣਾ। ਸੋ ਮੈਨੂੰ ਲੱਗਦਾ ਜਿੱਦਾਂ ਅਸੀਂ ਸੰਗਤ ਅਤੇ ਪੰਗਤ ਦਾ ਸਨਮਾਨ ਕਰਦੇ ਹੋਏ ਲੋਕਾਂ ਨੂੰ ਅਸੀਂ ਉੱਪਰ ਸਮਝਦੇ ਹੋਏ ਵੀ ਲੀਡਰ ਲੋਕਾਂ ਦੇ ਅਧੀਨ ਹੈ, ਸੰਗਤ ਦੇ ਅਧੀਨ ਹੈ, ਸੰਗਤ ਲੋਕਾਂ ਦੇ ਅਧੀਨ ਨਹੀਂ, ਉਹਦੇ ਅਸੀਂ ਮੈਨੂੰ ਲੱਗਦਾ ਆਪਣੇ ਪੰਜਾਬ ਨੂੰ ਬਚਾ ਲਾਂਗੇ। ਨਹੀਂ ਫਿਰ ਆਪਦੀ ਆਪਦੀ ਗੱਲ ਤਾਂ ਸਾਰੀ ਕਰਦੇ ਨੇ, ਆਪਦੀ ਆਪਦੀ ਲਫੜੀ ਹਰੇਕ ਹੀ ਵਜਾਉਂਦਾ, ਅਤੇ ਉਹਦੀ ਕੋਸ਼ਿਸ਼ ਹੁੰਦੀ ਹੈ, ਆਪਦੀ ਅਕਲ ਅਤੇ ਬਗਾਨੀ ਮਾਇਆ ਹਮੇਸ਼ਾ ਵੱਡੀ ਲੱਗਦੀ ਹੁੰਦੀ ਹੈ, ਆਪਦੀ ਅੱਖ ਦੇ ਵਿੱਚ ਸ਼ਤੀਰ ਵੀ ਨਹੀਂ ਦਿਖਦਾ, ਦੂਜੇ ਦੀ ਅੱਖ 'ਚ ਜਿਹੜਾ ਕਣ ਵੀ ਦਿਖ ਜਾਂਦਾ। ਸੋ ਇਹ ਪਾਸੇ ਸਾਨੂੰ ਬਦਲਣਾ ਪਏਗਾ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ।